ਨਮਸਕਾਰ, ਸਤਿ ਸ਼੍ਰੀ ਅਕਾਲ। ਹੈਲੋ ਗਲੋਬਲ ਪੰਜਾਬ ਸ਼ੋਅ 'ਚ ਨੌਰਥ ਅਮਰੀਕਾ ਦੇ ਗਲੋਬਲ ਪੰਜਾਬ ਟੀਵੀ ਅਤੇ ਕੈਨੇਡਾ ਦੇ ਚੈਨਲ ਪੰਜਾਬੀ ਦੇ ਦਰਸ਼ਕਾਂ ਦਾ ਵੀਕਐਂਡ ਤੋਂ ਬਾਅਦ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਪੰਜਾਬ 'ਚ ਵਿਗੜਦੀ ਅਮਨ ਅਤੇ ਕਾਨੂੰਨ ਦੀ ਵਿਵਸਥਾ ਦੀ। ਜੋ ਲੋਅ ਐਂਡ ਆਰਡਰ ਦੇ ਫਰੰਟ 'ਤੇ ਹੋ ਰਿਹਾ ਹੈ, ਇਹ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅੱਜ ਆਪਾਂ ਇਸ 'ਤੇ ਵਿਚਾਰ ਕਰਾਂਗੇ, ਪਰ ਉਸ ਤੋਂ ਪਹਿਲਾਂ ਮੈਂ ਇੱਕ ਵਾਰੀ ਫਿਰ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨੌਰਥ ਅਮਰੀਕਾ ਦੇ ਪੈਸੀਫਿਕ ਟਾਈਮ ਮੁਤਾਬਿਕ, ਯਾਨੀ ਕੈਲੀਫੋਰਨੀਆ ਅਤੇ ਬ੍ਰਿਟਿਸ਼ ਕੋਲੰਬੀਆ ਇਲਾਕਿਆਂ 'ਚ ਸ਼ਾਮ 5:30 ਅਤੇ ਈਸਟਰਨ ਟਾਈਮ ਮੁਤਾਬਿਕ, ਯਾਨੀ ਨਿਊਯਾਰਕ ਅਤੇ ਟੋਰੋਂਟੋ ਇਲਾਕਿਆਂ 'ਚ ਸ਼ਾਮੀ 8:30 ਮੰਡੇ ਤੋਂ ਫਰਾਈਡੇ ਲਾਈਵ ਦੇਖ ਸਕਦੇ ਜੇ ਅਤੇ ਇਸ ਦੇ ਵਿੱਚ ਹਿੱਸਾ ਲੈ ਸਕਦੇ ਜੇ। ਭਾਰਤੀ ਸਮੇਂ ਅਨੁਸਾਰ ਇਹ ਸ਼ੋਅ ਸਵੇਰੇ 6:00 ਤੋਂ 7:00 ਲਾਈਵ ਹੁੰਦਾ ਹੈ। ਹੁਣ ਆਉਂਦੇ ਹਾਂ ਅੱਜ ਦੇ ਮਸਲੇ 'ਤੇ। ਪਿਛਲੇ ਕਈ ਮਹੀਨਿਆਂ ਤੋਂ ਪੰਜਾਬ 'ਚ ਵਿਗੜਦੀ ਅਮਨ ਅਤੇ ਕਾਨੂੰਨ ਦੀ ਵਿਵਸਥਾ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਜੇ ਆਪਾਂ ਪਿਛਲੇ ਹਫ਼ਤੇ ਦੀ ਵਾਕਿਆ ਆਪਾਂ ਲਈਏ ਤਾਂ ਸਥਿਤੀ ਕਾਫੀ ਗੰਭੀਰ ਸੀਰੀਅਸ ਲੱਗਦੀ ਹੈ। 4 ਅਪ੍ਰੈਲ ਨੂੰ ਇੱਕ ਬਜ਼ੁਰਗ ਅਤੇ ਸਤਿਕਾਰਯੋਗ ਔਰਤ ਚਾਂਦ ਕੌਰ ਦੀ ਹੱਤਿਆ ਕਰ ਦਿੱਤੀ ਗਈ। ਇਹ ਕੋਈ ਮਾਮੂਲੀ ਸ਼ਖਸੀਅਤ ਨਹੀਂ ਸਨ, ਨਾਮਧਾਰੀ ਸੰਪਰਦਾ ਦੇ ਪੁਰਾਣੇ ਮੁਖੀ ਸਤਿਗੁਰੂ ਜਗਜੀਤ ਸਿੰਘ ਦੇ ਘਰੋਂ ਸਨ। ਲੁਧਿਆਣਾ ਲਾਗੇ ਤੁਹਾਨੂੰ ਪਤਾ ਹੀ ਆ ਕਿ ਭੈਣੀ ਸਾਹਿਬ ਗੁਰਦੁਆਰੇ ਦੇ ਇਹਨਾਂ ਦੇ ਹੈੱਡਕੁਆਟਰਸ ਨੇ। ਉੱਥੇ ਉਹਨਾਂ ਦੀ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੰਜਾਬ ਸਰਕਾਰ ਦਾ ਉਹੀ ਰਿਐਕਸ਼ਨ ਸੀ ਜੋ ਆਪਾਂ ਪਿਛਲੇ ਕਈ ਮਹੀਨਿਆਂ ਤੋਂ ਦੇਖਦੇ ਆ ਰਹੇ ਹਾਂ ਕਿ ਵਾਕਾ ਜਿਹੜਾ ਹੋਇਆ ਵਾ ਇਹ ਨਿੰਦਾ ਦਾ ਯੋਗ ਆ ਅਤੇ ਇਹਦੀ ਜਾਂਚ ਵਾਸਤੇ ਇੱਕ SIT ਯਾਨੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕਰਨਾ ਵਗੈਰਾ। ਇਹ ਨੋਰਮਲੀ ਜਦੋਂ ਵੀ ਕੋਈ ਵਾਕਿਆ ਹੁੰਦਾ ਇਹੋ ਹੀ ਹੁੰਦਾ, SIT ਬਣ ਜਾਂਦੀ ਆ ਅਤੇ ਉਹਦੀ ਵਾਕਿਆ ਦੀ ਨਿੰਦਾ ਹੁੰਦੀ ਹੈ। ਭਾਵੇਂ ਚਾਂਦ ਕੌਰ ਦੀ ਮੌਤ ਦਾ ਕਾਰਨ ਨਾਮਧਾਰੀ ਜਿਹੜੀ ਸੰਪਰਦਾ ਵਾ ਉਹਦੇ ਵਿੱਚ ਚੱਲ ਰਿਹਾ ਅੰਦਰੂਨੀ ਵਿਵਾਦ ਹੋ ਸਕਦਾ ਵਾ, ਪਰ ਫਿਰ ਵੀ ਇਸ ਵਾਕਿਆ ਨੇ ਰਾਜ ਵਿੱਚ ਅਮਨ ਕਾਨੂੰਨ ਵਿਵਸਥਾ 'ਤੇ ਇੱਕ ਤਰੀਕੇ ਦਾ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਨੇ। ਕੁਝ ਸੁਰੱਖਿਆ ਅਤੇ ਸਿਆਸੀ ਹਲਕਿਆਂ 'ਚ ਇਹ ਵੀ ਕਿਹਾ ਜਾ ਰਿਹਾ ਵਾ ਕਿ ਜੇ ਪੁਲਿਸ ਅਤੇ ਸਰਕਾਰ ਨੇ ਪਹਿਲਾਂ ਜਿਹੜੇ 1-2 ਵਾਕਿਆ ਇਹਦੇ ਨਾਲ ਕਨੈਕਟਡ ਸੀ ਉਹਦੇ 'ਤੇ ਕੋਈ ਕਦਮ ਚੁੱਕੇ ਹੁੰਦੇ ਤਾਂ ਸ਼ਾਇਦ ਇਹ ਘਟਨਾ ਵਾਪਰਨ ਤੋਂ ਬਚ ਸਕਦੀ ਸੀ। ਨਾਮਧਾਰੀ ਸੈੱਟ 'ਚ ਜਿਹੜਾ ਝਗੜਾ ਵਾ ਉਹ ਮੁਖੀ ਦੀ ਗੱਦੀ ਨੂੰ ਲੈ ਕੇ ਆ। 2012 'ਚ ਸਤਿਗੁਰੂ ਜਗਜੀਤ ਸਿੰਘ ਦੀ ਮੌਤ ਹੋ ਗਈ ਸੀ। ਗੱਦੀ ਦੇ ਦੋ ਪੱਖ ਜਿਹੜੇ ਆ ਉਹ ਚਾਹਵਾਨ ਆ, ਇਹ ਦੋਵੇਂ ਸਤਿਗੁਰੂ ਦੇ ਭਤੀਜੇ ਨੇ। ਕਿਹਾ ਜਾਂਦਾ ਹੈ ਕਿ ਠਾਕੁਰ ਦਲੀਪ ਸਿੰਘ ਦੇ ਮੁਕਾਬਲੇ ਚਾਂਦ ਕੌਰ ਨੇ ਉਹਨਾਂ ਦੇ ਭਰਾ ਉਦੈ ਸਿੰਘ ਦੀ ਸਾਈਡ ਲਈ ਸੀ। ਕੀ ਇਸ ਮੌਤ ਦਾ ਇਹੋ ਹੀ ਕਾਰਨ ਹੈ ਜਾਂ ਕੁਝ ਹੋਰ, ਇਹ ਕਹਿਣਾ ਤਾਂ ਹਾਲੇ ਕਾਫੀ ਮੁਸ਼ਕਲ ਹੈ ਕਿਉਂਕਿ ਪੁਲਿਸ ਦੀ ਤਫਤੀਸ਼ ਹਾਲੇ ਚੱਲ ਰਹੀ ਆ। ਕੁਝ ਹਲਕਿਆਂ 'ਚ ਇਹ ਵੀ ਕਿਹਾ ਜਾ ਰਿਹਾ ਕਿ ਇਹ ਹੋ ਸਕਦਾ ਵਾ ਇਹ ਕੰਟਰੈਕਟ ਕਿਲਿੰਗ ਹੋਵੇ, ਯਾਨੀ ਮਰਨ ਵਾਲੇ ਜਿਹੜੇ ਆ ਉਹ ਪਹਾੜੇ 'ਤੇ ਲਿਆਂਦੇ ਹੋ ਸਕਦੇ ਆ, ਵੀ ਉਹਨੂੰ ਪੈਸੇ ਦੇ ਕੇ ਉਹਨੂੰ ਕਿਹਾ ਵੀ ਇਹਨਾਂ ਨੂੰ ਮਾਰ ਦਿਓ ਤੁਸੀਂ। ਜੇ ਇਹ ਗੱਲ ਸਾਬਤ ਹੋ ਗਈ ਤਾਂ ਇਹ ਬਹੁਤ ਖਤਰਨਾਕ ਦੌਰ ਵੱਲ ਇਸ਼ਾਰਾ ਹੈ। ਪਿਛਲੇ ਦਿਨਾਂ 'ਚ ਕਈ ਹੋਰ ਵੀ ਵਾਕਿਆ ਹੋਏ ਆ, ਤੁਹਾਨੂੰ ਪਤਾ ਹੀ ਆ ਕੁਝ ਦਿਨ ਪਹਿਲਾਂ ਯਾਨੀ 8 ਅਪ੍ਰੈਲ ਨੂੰ ਜਗਜੀਤ ਸਿੰਘ ਨਾਂ ਦੇ ਇੱਕ ਵੀਡੀਓਗ੍ਰਾਫਰ, ਤਰਨ ਤਾਰਨ ਦੇ ਵੀਡੀਓਗ੍ਰਾਫਰ ਆ, ਉਹਨਾਂ 'ਤੇ ਤਰਨ ਤਾਰਨ ਨੇੜੇ ਲਾਠੀਆਂ ਨਾਲ ਹਮਲਾ ਹੋਇਆ। ਇਹ ਵਾਕਿਆ ਵੀ ਕਾਫੀ ਗੰਭੀਰ ਆ, ਕਾਫੀ ਅਹਿਮ ਆ, ਕਿਉਂਕਿ ਜਗਜੀਤ ਸਿੰਘ 3 ਸਾਲ ਤੋਂ ਚੱਲੇ ਆ ਰਹੇ ਪੁਰਾਣੇ ਕੇਸ ਦਾ ਮੁੱਖ ਗਵਾਹ ਹੈ। ਇਸ ਕੇਸ 'ਚ ਉਹਨੇ ਇੱਕ ਦਲਿਤ ਲੜਕੀ ਨੂੰ ਪੁਲਿਸ ਵਾਲਿਆਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਵੀਡੀਓ ਬਣਾਇਆ ਸੀ। ਵੀਡੀਓ ਇਹ ਵਾਇਰਲ ਹੋ ਗਿਆ ਸੀ।
ਇਸ ਕੇ ਇਹ ਬਹੁਤ ਬਹੁਤ ਚਰਚਿਤ ਕੇਸ ਰਿਹਾ ਅਤੇ ਬਾਅਦ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਨਿਰਦੇਸ਼ਾਂ 'ਤੇ ਇਹਦੀ ਜਾਂਚ ਦੇ ਹੁਕਮ ਦਿੱਤੇ ਗਏ। ਜਾਂਚ ਹਾਲੇ ਵੀ ਚੱਲ ਰਹੀ ਹੈ। ਜਿਹੜੇ ਦੋਵੇਂ ਵਾਕਿਆ ਬਾਰੇ ਮੈਂ ਜ਼ਿਕਰ ਕੀਤਾ, ਇਹ ਆਪਣੇ ਟਾਈਪ ਦੇ ਇਕੱਲੇ ਵਾਕਿਆ ਨਹੀਂ, ਇਹੋ ਜਿਹੀਆਂ ਘਟਨਾ ਕਈ ਹੋਰ ਵੀ ਹੋਈਆਂ ਵਾਂ, ਦਿਨੋ ਦਿਨ ਖਬਰਾਂ ਆ ਰਹੀਆਂ ਵਾਂ। ਬੀਤੀ ਰਾਤ ਜਿਹੜੀ ਆ ਉੱਥੇ ਲੁਧਿਆਣੇ ਦੇ ਵਿੱਚ ਇੱਕ ਜਿਹੜਾ ਈਵੈਂਟ ਮੈਨੇਜਰ ਸੀਗਾ ਉਹਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹਨੇ ਪੁਲਿਸ ਨੂੰ ਇਤਲਾਹ ਕੀਤੀ, ਪੁਲਿਸ ਨੇ ਨਾਕਾ ਲਾਇਆ, ਉੱਥੇ ਗੋਲੀ ਚੱਲੀ, ਇੱਕ ਪੁਲਿਸ ਕਰਮਚਾਰੀ ਜ਼ਖਮੀ ਵੀ ਹੋ ਗਿਆ। ਮਤਲਬ ਇੰਨੀ ਦਲੇਰੀ ਨਾਲ ਜਿਹੜੇ ਇਹੋ ਜਿਹੇ ਐਲੀਮੈਂਟ ਆ ਉਹ ਇਹੋ ਜਿਹੇ ਕੰਮ ਕਰ ਰਹੇ ਆ। ਇਹ ਵਾਕਈ ਇਹ ਕਾਨੂੰਨ ਕਾਨੂੰਨ ਦੀ ਜਿਹੜੀ ਵਿਵਸਥਾ ਵਾ ਉਹਨੂੰ ਉਹਦੇ 'ਤੇ ਇੱਕ ਸਵਾਲੀਆ ਨਿਸ਼ਾਨ ਖੜ੍ਹੇ ਕਰਦੇ ਆ। ਅਮਨ ਕਾਨੂੰਨ ਦੀ ਵਿਵਸਥਾ ਨੂੰ ਸੁਧਾਰਨ ਵਾਸਤੇ ਕੀ ਕਰਨ ਦੀ ਲੋੜ ਆ, ਆਪਾਂ ਇਸ ਮਸਲੇ 'ਤੇ ਅੱਗੇ ਵੀ ਵਿਚਾਰ ਕਰ ਚੁੱਕੇ ਹਾਂ, ਪਰ ਕਿਉਂਕਿ ਅਗਲੇ ਮਹੀਨੇ ਬਹੁਤ ਅਹਿਮ ਨੇ, ਪੰਜਾਬ 'ਚ ਚੋਣਾਂ ਹੋਣੀਆਂ ਵਾਂ, ਸੋ ਆਉਣ ਵਾਲੇ ਦਿਨਾਂ 'ਚ ਸਥਿਤੀ ਹੋਰ ਨਾ ਵਿਗੜੇ, ਇਸ ਵਾਸਤੇ ਕੀ ਕਰਨ ਦੀ ਲੋੜ ਹੈ, ਅਸੀਂ ਤੁਹਾਡੇ ਵਿਚਾਰ ਵੀ ਇਸ ਮਸਲੇ 'ਤੇ ਲੈਣੇ ਚਾਹੁੰਦੇ ਹਾਂ। ਕੁਝ ਸੱਜਣ ਸਾਡੇ ਨਾਲ ਆਲਰੇਡੀ ਜੁੜ ਗਏ ਆ, ਦੇਖਦੇ ਹਾਂ ਕੀ ਕਹਿੰਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸੂਬੇਦਾਰ ਰਮੇਸ਼ ਸਿੰਘ ਜੁਬਾ। ਹਾਂਜੀ ਹਾਂਜੀ ਸੂਬੇਦਾਰ ਜੀ, ਹਾਂਜੀ। ਦੇਖੋ ਜੀ, ਮਾਤਾ ਜੀ ਦੇ ਦੇਹਾਂਤ ਦਾ ਤਾਂ ਬੜਾ ਹੀ ਜ਼ਿਆਦਾ ਦੁੱਖ ਆ, ਅਤੇ ਮਾਤਾ ਜੀ ਤਾਂ ਚਲੋ ਬੜੀ ਸ਼ਖਸੀਅਤ ਸੀਗੇ, ਪਰ ਆਮ ਆਦਮੀ ਨੂੰ ਵੀ ਮਾਰਨਾ ਜਿਹੜਾ ਨਾ, ਇਹ ਵੀ ਚੰਗੀ ਗੱਲ ਨਹੀਂ ਹੈਗੀ, ਕਿਉਂਕਿ ਜ਼ਿੰਦਗੀ ਜਿਹੜੀ ਬੜੀ ਮੁਸ਼ਕਿਲ ਨਾਲ ਮਿਲਦੀ ਆ। ਬਿਲਕੁਲ ਜੀ। ਅਤੇ ਅੱਜ ਮੈਂ ਗੱਲ ਕਰੂੰਗਾ ਦਿੱਲੀ ਦੇ ਪਿਆਊ ਦੇ ਬਾਰੇ 'ਚ। ਮੈਂ ਨਾ ਤਾਂ ਪਿਆਊ ਨੂੰ ਤੋੜ ਦੇ ਹੱਕ 'ਚ, ਨਾ ਬਣਾਉਣ ਦੇ ਹੱਕ 'ਚ। ਜਿਹੜਾ ਕੇਜਰੀਵਾਲ ਦੇ ਉੱਤੇ ਇਲਜ਼ਾਮ ਲੱਗ ਰਿਹਾ ਨਾ, ਉਹ ਉੱਧਰ ਲਾ ਰਹੇ ਅਕਾਲੀ ਕਮੇਟੀ ਜਿਹੜੀ ਉਹ ਦੂਜੇ ਪਾਸੇ ਲਾ ਰਹੇ ਆ। ਅਤੇ ਮੈਂ ਗੱਲ ਕਰੂੰਗਾ, ਜਦੋਂ ਧਾਰਮਿਕ ਲੀਡਰ ਹੈ, ਚਾਹ ਅਕਾਲੀ ਹੈ ਜਾਂ ਕੋਈ ਹੈ, ਜਦੋਂ ਉਹਨਾਂ ਨੂੰ ਲੋੜ ਹੁੰਦੀ ਹੈ ਉਹ ਆਪਣੇ ਪਾਸੇ ਲੋਕਾਂ ਨੂੰ ਖਿੱਚ ਲੈਂਦੇ ਆ, ਅਤੇ ਜਦੋਂ ਉਹਨਾਂ ਦਾ ਕੰਮ ਹੋ ਜਾਂਦਾ ਫਿਰ ਉਹਨਾਂ ਦੀ ਬਾਤ ਹੀ ਨਹੀਂ ਪੁੱਛਦੇ। ਮੇਰੇ ਨਾਲ ਜੋ ਮੇਰੇ ਭਰਾਵਾਂ ਨਾਲ, ਮੇਰੇ ਫੌਜੀ ਵੀਰਾਂ ਨਾਲ ਬੀਤਿਆ 1984 'ਚ, ਉਦੋਂ ਵੀ ਇਹੋ ਗੱਲ ਸੀ। ਉਦੋਂ ਵੀ ਇਹਨਾਂ ਨੇ ਐਲਾਨ ਕਰਦਾ ਤਾਂ, ਉਹ ਤੋਂ ਪਹਿਲਾਂ ਵੀ ਕਈ ਐਲਾਨ ਕੀਤੇ, ਧਰਮ ਯੁੱਧ ਮੋਰਚਾ, ਫਲਾਨਾ ਮੋਰਚਾ, ਤੀਣਾ ਮੋਰਚਾ, ਅਤੇ ਹਰਿਮੰਦਰ ਸਾਹਿਬ 'ਤੇ ਅਟੈਕ ਹੋ ਗਿਆ। ਉਹ ਪੋਲਿਟਿਕਸ ਦੀ ਵਾਲਿਆਂ ਦੀ ਮਿਹਰਬਾਨੀ ਨਾਲ ਹੋਇਆ, ਕਿਸੇ ਹੋਰ ਦੀ ਨਾਲ ਨਹੀਂ, ਨਾ ਆਮ ਆਦਮੀ ਨਾਲ ਹੋਇਆ। ਪਰ ਉਹਦੇ ਵਿੱਚ ਇਹ ਬੜੀ ਇੱਕ ਮਾੜੀ ਗੱਲ ਸੀ, ਮੇਰੀ ਪਲਟਣ ਵੀ ਜੰਮੂ ਦੇ ਵਿੱਚ 18 ਸਿੱਖ ਜਿਹੜੀ ਭਗੌੜੀ ਹੋ ਗਈ ਸੀ, ਮੈਂ ਉਹਦੇ ਵਿੱਚ ਉਸ ਵੇਲੇ ਸੂਬੇਦਾਰ ਸੀ। ਸਾਨੂੰ ਰਾਹ ਦੇ ਵਿੱਚ ਫੌਜ ਦਾ ਟਾਕਰਾ ਕਰਨਾ ਬੜਾ ਭਾਜੀ ਮੁਸ਼ਕਿਲ ਹੈ, ਕਿਉਂਕਿ ਮੈਂ ਅਸੀਂ ਜਾਂਦੇ, ਸਾਨੂੰ ਫੜ ਲਿਆ ਰਾਹ 'ਚੋਂ, ਫੜ ਕੇ ਬੰਦ ਕਰ ਦਿੱਤਾ। ਹੈਂਜੀ, ਇਹਨੀ ਬੜੇ ਵਾਅਦੇ ਕੀਤੇ ਸੀ, ਅਸੀਂ ਇਹ ਕਰ ਦੇਵਾਂਗੇ, ਅਸੀਂ ਫੌਜੀਆਂ ਨੂੰ ਉੱਦਾਂ ਕਰ ਦੇਵਾਂਗੇ, ਪਰ ਜਦੋਂ ਕੁ ਟਾਈਮ ਲੰਘ ਗਿਆ ਤਾਂ ਇਹਨੇ ਕੁਛ ਨਹੀਂ ਕੀਤਾ। ਜੋ ਹਾਲਤ ਸਾਡੀ ਜੱਬਲਪੁਰ ਜੇਲ੍ਹ ਦੇ ਵਿੱਚ ਹੋਈ ਹੈ ਨਾ, ਜੂਨ ਜੁਲਾਈ ਮਹੀਨੇ ਦੇ ਵਿੱਚ, ਉਹ ਜਾਂ ਤਾਂ ਸਾਨੂੰ ਪਤਾ, ਜਾਂ ਮੇਰੇ ਭਰਾਵਾਂ ਨੂੰ, ਅਤੇ ਜਾਂ ਫਿਰ ਮਹਾਰਾਜ ਦਸਵੇਂ ਪਾਤਸ਼ਾਹ ਨੂੰ। ਕਿਸੇ ਨੇ ਸਾਰ ਨਹੀਂ ਲਈ, ਨਾ ਕਮੇਟੀ ਨੇ, ਨਾ ਕਿਸੇ ਹੋਰ ਨੇ। ਅੱਛਾ, ਜਦੋਂ ਕਿ ਸਾਡੇ ਬੱਚੇ ਜਿਹੜੇ ਸਾਡੇ ਘਰ ਵਾਲੀਆਂ ਕਮੇਟੀ ਕੋਲ ਗਈਆਂ ਕਿ ਭਾਈ ਸਾਡੀ ਕੁਛ ਮਦਦ ਕਰੋ, ਗਰੀਬੀ ਆ, ਨੌਕਰੀਆਂ ਗਈਆਂ, ਇਹ ਮਗਰੋਂ ਉਹਨਾਂ ਨੂੰ ਕਹਿੰਦੇ ਜਾਓ, ਅਸੀਂ ਜੋ ਕਰਨਾ ਸੀ ਗੱਲ ਹੈ, ਤੁਸੀਂ ਮੋਮੋ ਠੱਗੜੀਆਂ ਬਣ ਕੇ ਰੋਜ਼ ਨਾ ਆਇਆ ਕਰੋ। ਇਹਨਾਂ ਦੇ ਜਵਾਬ ਸੁਬੇਦਾਰ ਜੀ, ਇਹ ਮੈਨੂੰ ਪਤਾ ਵਾ ਬੜਾ ਗੰਭੀਰ ਮਸਲਾ ਵਾ, ਤਾਂ ਨਹੀਂ ਲੱਗਦਾ ਪਿਆ ਜੂਨ ਦੇ ਨੇੜੇ ਗੱਲ ਕਰੀਏ ਤਾਂ ਬਿਹਤਰ ਹੋਊਗਾ। ਅੱਜ ਆਪਾਂ ਜਿਹੜੀ ਹੁਣ ਅਮਨ ਕਾਨੂੰਨ ਦੀ ਵਿਵਸਥਾ ਵਾ ਉਹਦੇ ਬਾਰੇ ਗੱਲ ਕਰਨੀ ਬਿਹਤਰ ਆ, ਜਾਂ ਫਿਰ ਤੁਸੀਂ ਜੇ ਪਿਆਊ ਬਾਰੇ ਕੁਛ ਆਪਣੇ ਵਿਚਾਰ ਰੱਖਣੇ ਤਾਂ ਉਹ ਵੀ ਰੱਖ ਲਓ। ਵੈਸੇ ਅੱਜ ਜਿਹੜਾ ਮਸਲਾ ਆਪਾਂ ਵਿਚਾਰ ਰਹੇ ਹਾਂ ਨਾ, ਉਹ ਪੰਜਾਬ ਦੀ ਵਿਗੜਦੀ ਅਮਨ ਕਾਨੂੰਨ ਵਿਵਸਥਾ ਵਾ। ਆਪਾਂ ਸਭ ਕੁਝ ਮਿਕਸ ਕਰਤਾ ਤਾਂ ਫਿਰ ਗੱਲ ਬਹੁਤ ਹੀ ਚੰਗੀ ਤਰ੍ਹਾਂ ਗੱਲ ਗਾਂਹ ਵਧਣੀ ਨਹੀਂ। ਮੈਂ ਦੇਖੋ ਜੀ, ਮੈਂ ਲੋਕਾਂ ਨੂੰ ਗਾਈਡ ਕਰਨਾ ਚਾਹੁੰਦਾ ਵੀ ਇਹਨਾਂ ਦੀਆਂ ਮੂੰਹ ਠਗੜੀਆਂ 'ਚ ਆ ਕੇ, ਕੱਲ੍ਹ ਜਿੱਦਾਂ ਜੀ ਕੇ ਨੇ ਕਿਹਾ ਕਿ ਸਾਰੇ ਇਕੱਠੇ ਹੋ ਜਾਓ,
ਹੈਂ ਸਾਡੇ ਸਾਥ ਦਿਓ, ਅਸੀਂ ਢਹਿ ਨਹੀਂ ਦੇਵਾਂਗੇ। ਲੇਕਿਨ ਅੱਜ ਤੋਂ ਮਹੀਨਾ ਪਹਿਲਾਂ ਇਹ ਦੁਨੀਆ ਅੱਧੇ ਸਿੱਖਾਂ ਨੂੰ ਇਹ ਕਹਿੰਦੇ ਨਹੀਂ ਇਹ ਸਹਿਜਧਾਰੀ ਸਿੱਖ ਆ, ਇਹ ਫਲਾਨਾ ਸਿੱਖ ਆ। ਅੱਧੇ ਸਿੱਖ ਦਾ ਸੁਪਰੀਮ ਕੋਰਟ ਤੋਂ ਆਰਡਰ ਦਵਾ ਕੇ ਇਹਨਾਂ ਨੇ ਬਾਹਰ ਕੱਢ ਦਿੱਤਾ, ਹੁਣ ਇਹਨਾਂ ਮਗਰ ਕੌਣ ਜਾਊਗਾ? ਬਿਲਕੁਲ ਸੁਭਦਾਰ ਜੀ, ਮੈਂ ਤੁਹਾਡੇ ਨਾਲ ਐਗਰੀ ਕਰਦਾ ਵਾਂ। ਇਹਨਾਂ ਮਸਲਿਆਂ ਦੇ ਉੱਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਬਿਲਕੁਲ ਖਿਲਵਾੜ ਨਹੀਂ ਕਰਨਾ ਚਾਹੀਦਾ, ਇਹ ਬਹੁਤ ਖਤਰਨਾਕ ਟੈਂਡੈਂਸੀ ਆ। 1984 ਦੇ ਵਿੱਚ ਬਿਲਕੁਲ ਇਹ ਸਹੀ ਗੱਲ ਹੈ, ਅਸੀਂ ਧਰਮ ਯੁੱਧ ਮੋਰਚਾ ਲਾਇਆ, ਉਸ ਤੋਂ ਬਾਅਦ ਅਸੀਂ ਸੁਸਾਈਡ ਸਕੁਆਡਸ ਬਣਾਈਆਂ, ਅਸੀਂ ਮਰਜੀਵੜੇ ਬਣਾਏ, ਔਰ ਵਾਕਈ ਜਿਹੜੇ ਵਿਚਾਰੇ ਪਿੰਡਾਂ ਦੇ ਲੋਕ ਸਨ, ਸਿੱਧੇ ਸਾਧੇ ਲੋਕ ਸਨ, ਉਹ ਜਾ ਕੇ ਅੰਦਰ ਉਹਨਾਂ ਨੇ ਅੰਦਰ ਤਿਆਰੀ ਕੱਸ ਲਈ, ਔਰ ਜਿਹੜੇ ਸਾਡੇ ਲੀਡਰ ਸੀਗੇ ਉਹਨਾਂ ਨੇ ਪਿੱਛੇ ਆਪ ਪਿੱਛੇ ਹਟ ਗਏ, ਕੁਝ ਜਿਹੜੇ ਲੀਡਰ ਅੰਦਰ ਸੀਗੇ ਉਹ ਬਾਹਾਂ ਖੜੀਆਂ ਕਰਕੇ ਬਾਹਰ ਆ ਗਏ, ਔਰ ਅੰਦਰ ਵਿਚਾਰੇ ਜਿਹੜੇ ਆਮ ਸਧਾਰਨ ਸ਼ਰਧਾਲੂ ਸਨ ਕੁਝ, ਜਾਂ ਜਿਹੜੇ ਬੰਦਿਆਂ ਨੂੰ ਜਿਨ੍ਹਾਂ ਨੂੰ ਲੱਗਾ ਕਿ ਸਾਡੀਆਂ ਭਾਵਨਾਵਾਂ ਸਾਡੇ ਧਰਮ ਸਥਾਨ ਦੇ ਉੱਤੇ ਹਮਲਾ ਹੋ ਰਿਹਾ ਵਾ, ਉਹਨਾਂ ਨੇ ਉੱਥੇ ਉਹਦੀ ਰੱਖਿਆ ਕਰਨ ਵਾਸਤੇ ਆਪਣੀ ਜਾਨ ਦੇ ਦਿੱਤੀ ਰੱਖਿਆ ਕਰਨ ਵਾਸਤੇ। ਸੋ ਇਸ ਕਰਕੇ ਇਹੋ ਜਿਹੀਆਂ ਇਹ ਲੀਡਰਾਂ ਦੀਆਂ ਗੱਲਾਂ ਦੇ ਵਿੱਚ ਉਹਨਾਂ ਨੂੰ ਕੁਐਸਚਨ ਕਰੋ ਵੀ ਤੁਸੀਂ ਕੀ ਸਭ ਤੋਂ ਅੱਗੇ ਜਾ ਕੇ ਖੜ੍ਹੇ ਹੋਵੋਗੇ ਜਦੋਂ ਇਸ ਤਰ੍ਹਾਂ ਲੜਾਈ ਕਰਨੀ ਆ, ਔਰ ਵਾਕਈ ਇਹ ਮਸਲਾ ਹੈ ਵਾ ਵੀ ਅਸੀਂ ਇਹਦੇ ਵਾਸਤੇ ਜਾਨ ਦੇ ਦਈਏ। ਭਾਈ ਸਾਹਿਬ ਮੈਨੂੰ ਤੁਸੀਂ ਇਹ ਦੱਸੋ ਵੀ ਜਿੰਨੇ ਵੀ ਲੀਡਰ ਆ ਉਦੋਂ ਦੇ ਜਾਂ ਹੁਣ ਦੇ, ਇਹਨਾਂ 'ਚੋਂ ਕਿਸੇ ਦੇ ਵੀ ਚਰੀਟ ਆਈ ਕਿ ਕਿਸੇ ਦਾ ਕੋਈ ਨਿਆਣਾ ਮਰਿਆ ਜਾਂ ਆਪ ਮਰੇ, ਨਾ ਇਹਨਾਂ ਨੇ ਹੁਣ ਮਰਨਾ, ਲੋਕਾਂ ਨੂੰ ਮੂਹਰੇ ਲਿਜਾ ਕੇ ਮਾਰਨਾ, ਇਹਨਾਂ ਦੇ ਮਗਰ ਬਿਲਕੁਲ ਨਾ ਲੱਗਣ, ਆਪਣਾ ਨੁਕਸਾਨ ਕਰਨਾ। ਬਿਲਕੁਲ ਜੀ, ਵੈਸੇ ਇਹ ਗੱਲ ਤਾਂ ਨਹੀਂ ਬਣਦੀ, ਪਰ ਕਿਉਂਕਿ ਮੈਂ ਇਸ 1984 ਵਾਕਿਆ ਦੇ ਉੱਪਰ ਬਹੁਤ ਦਰਦਨਾਕ ਵਾਕਿਆ ਸੀ ਅਤੇ ਮੈਂ ਡਾਕੂਮੈਂਟਰੀ ਬਣਾਈ ਆ, ਉਹਦੇ 'ਚ ਮੈਂ ਇੰਨੀ ਕੁ ਗੱਲ ਕਰਨਾ ਚਾਹੂੰਗਾ ਕਿ ਜਦੋਂ ਫੌਜ ਜਿਹੜੀ ਆ ਉਹ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਗੁਰਚਰਨ ਸਿੰਘ ਟੌਹਰਾ ਅਤੇ ਬਾਕੀ ਜਿਹੜੇ ਲੀਡਰ ਅਕਾਲੀ ਲੀਡਰ ਅੰਦਰ ਸਨ, ਪ੍ਰਕਾਸ਼ ਸਿੰਘ ਬਾਦਲ ਤਾਂ ਆਪਣੇ ਫਾਰਮ 'ਤੇ ਸੀ ਤਾਂ ਉੱਥੋਂ ਫਿਰ ਹਰਿਆਣਾ ਦੇ ਫਿਰ ਯੂਪੀ ਚਲੇ ਗਏ ਸਨ, ਉਹ ਉੱਥੇ ਅੰਦਰ ਨਹੀਂ ਸਨ, ਪਰ ਜਿਹੜੇ ਵੀ ਲੀਡਰ ਅੰਦਰ ਸੀ, ਭਾਵੇਂ ਉਹ ਗੁਰਚਰਨ ਸਿੰਘ ਟੌਹਰਾ ਸਨ, ਭਾਵੇਂ ਹਰਚੰਦ ਸਿੰਘ ਲੌਂਗੋਵਾਲ ਸਨ, ਜਾਂ ਬਲਵੰਤ ਸਿੰਘ ਰਾਮੂਵਾਲੀਆ ਸਨ, ਜਿੰਨੇ ਵੀ ਸੀਗੇ, ਉਹਨਾਂ ਨੂੰ ਜਦੋਂ ਫੌਜ ਨੇ ਜਾ ਕੇ ਉਹਨਾਂ ਤੱਕ ਪਹੁੰਚ ਕੀਤੀ, ਹਰ ਇੱਕ ਬੰਦੇ ਦਾ ਇਕੱਲੇ ਇਕੱਲੇ ਇੱਕੋ ਹੀ ਸਵਾਲ ਸੀ, ਉਹ ਹੈ ਕਿ ਮਰ ਗਿਆ? ਦੂਜੇ ਨੂੰ ਪੁੱਛਿਆ, ਉਹਨੇ ਵੀ ਇਹੋ ਕਿਹਾ, ਉਹ ਹੈ ਕਿ ਮਰ ਗਿਆ? ਤੀਜੇ ਨੇ ਵੀ ਇਹੋ ਕਿਹਾ, ਹੈ ਕਿ ਮਰ ਗਿਆ? ਕਿਹਦੇ ਬਾਰੇ ਪੁੱਛ ਰਹੇ ਸੀ ਉਹ? ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ। ਸੋ ਇਹ ਇਹਨਾਂ ਲੋਕਾਂ ਦੀ ਸ਼ਰਧਾ ਸੀਗੀ, ਇਹ ਇਹਨਾਂ ਲੋਕਾਂ ਦੀ ਕਮਿਟਮੈਂਟ ਸੀਗੀ ਅੰਦਰ ਪ੍ਰੋਟੈਕਸ਼ਨ ਧਾਰਮਿਕ ਸਥਾਨ ਦੀ ਰੱਖਿਆ ਕਰਨ ਦੀ। ਸੋ ਇਹ ਲੋਕਾਂ ਦੇ ਮਗਰ ਲੱਗ ਕੇ ਮੇਰਾ ਖਿਆਲ ਆ ਲੋਕਾਂ ਨੂੰ ਆਪਣੇ ਆਪ ਜਿਹੜੀ ਆਪਣੀ ਜ਼ਿੰਦਗੀ ਖਰਾਬ ਨਹੀਂ ਕਰਨੀ ਚਾਹੀਦੀ। ਠੀਕ ਆ, ਜੇ ਕੋਈ ਗਲਤ ਕੰਮ ਹੋ ਰਿਹਾ ਵਾ ਆਵਾਜ਼ ਜ਼ਰੂਰ ਚੁੱਕੋ, ਔਰ ਜੇ ਇਹ ਲੀਡਰ ਕਹਿੰਦੇ ਆ ਵੀ ਤੁਸੀਂ ਆਪਣੀ ਜਾਨ ਦਿਓ ਤਾਂ ਇਹਨਾਂ ਨੂੰ ਕਹੋ ਪਹਿਲਾਂ ਅੱਗੇ ਲੱਗੋ ਤੁਸੀਂ। ਸੋ ਇਸ ਕਰਕੇ ਖੈਰ ਇਹ ਮੈਂ ਫਿਰ ਆਪਾਂ ਭਟਕ ਰਹੇ ਹਾਂ ਇਸ ਮਸਲੇ ਤੋਂ, ਆਪਾਂ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ 'ਤੇ ਗੱਲ ਕਰ ਰਹੇ ਹਾਂ। ਦਿੱਲੀ ਦਾ ਜਿਹੜਾ ਮਸਲਾ ਵਾ ਉਹਦੇ 'ਤੇ ਆਪਾਂ ਕਿਸੇ ਦਿਨ ਦੁਬਾਰਾ ਡਿਬੇਟ ਲੈ ਲੈ ਕਰ ਲੈਂਦੇ ਹਾਂ। ਮੈਂ ਤਾਂ ਇਹੋ ਹੀ ਕਹੂੰਗਾ ਕਿਉਂਕਿ ਦਿੱਲੀ ਦਾ ਮਸਲਾ ਕਈ ਵਾਰ ਆਪਣੇ ਇਸ ਸ਼ੋਅ ਦੇ ਵਿੱਚ ਸੀਸਗੰਜ ਗੁਰਦੁਆਰੇ ਦਾ ਜਿਹੜਾ ਪਿਆਊ ਦਾ ਮਸਲਾ ਵਾ ਇਹ 2-3 ਵਾਰੀ ਚਰਚਾ 'ਚ ਆ ਗਿਆ ਵਾ, ਮੈਂ ਉੱਥੇ ਇਹੋ ਹੀ ਕਹੂੰਗਾ ਕਿ ਕਿਉਂਕਿ ਇਹਦੇ 'ਚ ਇਹਦੇ 'ਚ ਵਾਰ ਅਤੇ ਪਲਟਵਾਰ ਲੱਗ ਰਹੇ ਆ ਹੋ ਰਹੇ ਆ, ਇਹਦੇ 'ਚ ਐਲੀਗੇਸ਼ਨ ਅਤੇ ਕਾਊਂਟਰ ਐਲੀਗੇਸ਼ਨ ਲੱਗ ਰਹੀਆਂ। ਮੇਰਾ ਖਿਆਲ ਬਿਹਤਰ ਹੋਊਗਾ ਕਿ ਇਹਦੇ 'ਤੇ ਕੋਈ ਜੁਡੀਸ਼ੀਅਲ ਇਨਕੁਆਇਰੀ ਜਾਂ ਇੱਕ ਇੰਡੀਪੈਂਡੈਂਟ ਕੋਰਟ ਵੱਲੋਂ ਇਨਕੁਆਇਰੀ ਕਰਤੀ ਜਾਵੇ ਵੀ ਐਗਜੈਕਟਲੀ ਹੋਇਆ ਕੀ ਆ, ਔਰ ਕੌਣ ਜ਼ਿੰਮੇਵਾਰ ਆ, ਪਤਾ ਲੱਗੇ ਜੀ ਵਾਕਈ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰ ਆ, ਜਾਂ ਫਿਰ ਜਿਹੜੀ ਬੀਜੇਪੀ ਵੱਲੋਂ ਜਿਹੜੀ MCD ਚਲਾਈ ਜਾ ਰਹੀ ਆ ਉੱਥੇ ਜਿਹੜੀ ਉਹ ਸੰਸਥਾ ਵਾ ਉਹ ਜ਼ਿੰਮੇਵਾਰ ਆ, ਔਰ ਉਹਦੇ ਨਾਲ ਪੁਲਿਸ ਜ਼ਿੰਮੇਵਾਰ ਆ, ਜਾਂ ਫਿਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਜ਼ਿੰਮੇਵਾਰ ਆ। ਸੋ ਮੇਰਾ ਖਿਆਲ ਇਹਦੇ 'ਤੇ ਜੇ ਇੱਕ ਇਨਕੁਆਇਰੀ ਹੋ ਜਾਵੇ ਤਾਂ ਉਹ ਕਿਤੇ ਬਿਹਤਰ ਹੋਊਗਾ। ਐਵੇਂ ਇੱਕ ਦੂਜੇ 'ਤੇ ਐਲੀਗੇਸ਼ਨ ਲਾਈ ਜਾਣੀ, ਕਾਊਂਟਰ ਐਲੀਗੇਸ਼ਨ ਲਾਈ ਗਈ ਜੀ ਜਿਹਨਾਂ ਇਹਨਾਂ ਨੇ ਸਾਨੂੰ ਇਹਨਾਂ ਨੇ ਇਹ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਗੱਲ ਹੈ, ਇਹ ਬਿਲਕੁਲ ਨਹੀਂ ਕਰਨਾ ਚਾਹੀਦਾ। ਲੋਕਾਂ ਨੇ ਅੱਗੇ ਬਹੁਤ ਸਫ਼ਰ ਕੀਤਾ ਵਾ, ਮੈਂ ਤਾਂ ਉਹ ਦੌਰ ਨੂੰ ਵੇਖਿਆ ਨਾ ਜੀ, ਹਜ਼ਾਰਾਂ ਲੋਕਾਂ ਦੀਆਂ ਜਾਨਾਂ, ਆਪਾਂ ਉੱਦਣ ਹੀ ਗੱਲ ਕੀਤੀ ਆ ਪੀਲੀਭੀਤ ਦੇ ਵਿੱਚ 11 ਜਿਹੜੇ ਬੰਦੇ ਆ ਬੱਸਾਂ 'ਚੋਂ ਕੱਢ ਕੇ ਨੌਜਵਾਨ ਮਾਰੇ ਗਏ, ਉਹ 25 ਸਾਲ ਬਾਅਦ ਕੋਈ ਮਾੜਾ ਮੋਟਾ ਇਨਸਾਫ ਮਿਲਿਆ ਵਾ। ਸੋ ਬਿਲਕੁਲ
ਸੋਚ ਸਮਝ ਕੇ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਸਾਡੇ ਲੀਡਰਾਂ ਨੂੰ ਕਦਮ ਚੁੱਕਣੇ ਚਾਹੀਦੇ ਆ ਔਰ ਧੀਰਜਾ ਨਾਲ ਇਹਦੇ 'ਤੇ ਆਪਾਂ ਐਕਸ਼ਨ ਲਈਏ। ਮੈਂ ਵਾਪਸ ਆਉਣਾ ਚਾਹੁੰਦਾ ਅੱਜ ਦੇ ਮਸਲੇ 'ਤੇ। ਅੱਜ ਦਾ ਮਸਲਾ ਬੇਸਿਕਲੀ ਹੈ ਅਮਨ ਕਾਨੂੰਨ ਦੀ ਵਿਵਸਥਾ ਪੰਜਾਬ ਦੇ ਵਿੱਚ, ਇਹ ਵਿਗੜ ਰਹੀ ਹੈ, ਕੀ ਕਰਨ ਦੀ ਲੋੜ ਹੈ, ਦੇਖਦੇ ਹਾਂ ਸਾਡੇ ਅਗਲੇ ਸੱਜਣ ਕੀ ਕਹਿਣਾ ਚਾਹੁੰਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਮੈਂ ਚਰਨਜੀਤ ਸਿੰਘ ਗੁਮਟਾਲਾ ਬੋਲ ਰਿਹਾ ਜੀ। ਹਾਂਜੀ ਹਾਂਜੀ ਗੁਮਟਾਲਾ ਜੀ, ਸਵਾਗਤ ਹੈ ਜੀ। ਅੱਜ ਨਾ ਬੜੀ ਮੁਸ਼ਕਿਲ ਤਾਲ ਮਿਲੀ ਤੁਹਾਡੀ ਅਤੇ ਮੈਂ ਇਸ ਮਸਲੇ 'ਤੇ ਬਾਅਦ 'ਚ ਬੋਲਾਂਗਾ। ਪਹਿਲਾਂ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਕੈਨੇਡਾ ਦੇ ਵਿੱਚ ਪਾਰਲੀਮੈਂਟ 'ਚ ਵਿਸਾਖੀ ਦੇ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਹੋਇਆ, ਬੜਾ ਮਜ਼ਾ ਆਇਆ, ਦੇਖ ਕੇ ਬੜਾ ਚੰਗਾ ਲੱਗਾ ਵਾ ਜੀ। ਅਤੇ ਮੈਂ ਨਾ ਕੈਨੇਡਾ ਵਾਲਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਏਅਰ ਕੈਨੇਡਾ ਦੀਆਂ ਫਲਾਈਟਾਂ ਸਿੱਧੀਆਂ ਵੈਨਕੂਵਰ ਤੋਂ ਅੰਮ੍ਰਿਤਸਰ ਅਤੇ ਟਰਾਂਟੋ ਤੋਂ ਅੰਮ੍ਰਿਤਸਰ ਚਾਲੂ ਕਰਾਉਣ, ਇਹ ਮੇਰੀ ਬੇਨਤੀ ਹੈ। ਦੂਜੀ ਗੱਲ ਸੀ ਵੀ ਜਿਹੜੀ ਅਮਨ ਕਾਨੂੰਨ ਆ ਪੰਜਾਬ ਦੀ, ਉਹਦੇ ਬਾਰੇ ਇਹ ਆ ਵੀ ਇਹਨਾਂ ਨੇ ਅੰਮ੍ਰਿਤਸਰ 'ਚ ਸੀ ਸੀ ਟੀ ਵੀ ਕੈਮਰੇ ਲਾਉਣੇ ਆ ਜੀ। ਉਹ 458 ਕਰੋੜ ਦਾ ਪ੍ਰੋਜੈਕਟ ਹੈਗਾ ਜੀ। ਇਹਨਾਂ ਨੇ ਬੜੇ ਕਿਹਾ ਜੀ ਉਹਨਾਂ ਚੋਰੀਆਂ ਨਹੀਂ ਹੋਣਗੀਆਂ, ਡਾਕੀ ਨਹੀਂ ਪੈਣਗੇ, ਕਤਲ ਅੜ ਜਾਣਗੇ, ਨਾਲ ਟ੍ਰੈਫਿਕ ਵੀ ਠੀਕ ਹੋਏਗੀ ਜੀ। ਅਤੇ ਮੈਂ ਚਿੱਠੀਆਂ ਉਹਨਾਂ ਨੂੰ ਪਾ ਰਿਹਾ ਅਤੇ ਉਹ ਅੰਮ੍ਰਿਤਸਰ ਵਿਕਾਸ ਮੰਚਲੋਂ ਅਤੇ ਉਹ ਕਹਿੰਦੇ ਅੰਡਰ ਪ੍ਰੋਸੈਸ ਹੈਗਾ। ਇਸ ਤਰ੍ਹਾਂ ਹੀ ਇਹਨਾਂ ਨੇ ਐੱਨ ਆਰ ਆਈ ਵਾਸਤੇ ਇੱਕ ਉੱਥੇ ਖੋਖੇ ਲੱਗੇ ਆ ਸ਼ਹਿਰ ਵਿੱਚ ਜੀ। ਉਹਦੇ ਐੱਨ ਆਰ ਆਈ ਜਿਹੜੇ ਭਰਾਵਾਂ ਲਈ ਇਹਨਾਂ ਨੇ ਸਪੈਸ਼ਲ ਪੁਲਿਸ ਜਿਹੜੀ ਆ ਉਹਨੂੰ ਟ੍ਰੇਨਿੰਗ ਦੇ ਕੇ ਬੰਦੇ ਪਾਉਣੇ ਆ ਉੱਥੇ ਜੀ। ਜਦੋਂ ਐੱਨ ਆਰ ਆਈ ਆਉਣ ਰੇਲਵੇ ਸਟੇਸ਼ਨ ਉੱਤਰ ਜਾਂ ਏਅਰਪੋਰਟ 'ਤੇ ਉਤਰਨ ਅਤੇ ਉਹ ਜਿਹੜੀ ਪੁਲਿਸ ਹੋਏਗੀ ਉਹ ਪੁਲਿਸ ਕਰਮਚਾਰੀ ਨਾਲ ਜਾਣਗੇ ਐੱਨ ਆਰ ਆਈ ਦੀ ਸੁਰੱਖਿਆ ਵਾਸਤੇ ਜੀ। ਉਹ ਆਉਂਦੇ ਜੀ ਅੰਡਰ ਪ੍ਰੋਸੈਸ ਹੀ ਹੈਗਾ, ਇਸ ਲਈ ਇਹਨਾਂ ਨੂੰ, ਇਸ ਲਈ ਇਹ ਸੀਰੀਅਸ ਨਹੀਂ ਹੈਗੇ। ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਵੀ ਇਹਨਾਂ ਨੇ ਆਪ ਪ੍ਰਬੰਧ ਕੀਤੇ ਹੋਏ ਆ, ਇਹਨਾਂ ਨੇ ਪੋਲੀਟੀਕਲ ਬੰਦਿਆਂ ਨੇ, ਹਰ ਬੰਦੇ ਨੇ ਗਨਮੈਨ ਰੱਖੇ ਆ। ਅੰਮ੍ਰਿਤਸਰ ਜਿਹੜਾ ਮਾੜਾ ਮੋਟਾ ਕਰ ਲਈਏ ਨਾ ਜੀ, ਉਹਨੇ 2-3 ਗਨਮੈਨ ਰੱਖੇ ਹੋਏ ਆ। ਇਹ ਸਿਸਟਮ ਖਤਮ ਹੋਣਾ ਚਾਹੀਦਾ, ਪੈਸੇ ਖਰਚੋ ਅਤੇ ਗਨਮੈਨ ਲਓ, ਇਹ ਫਿਰ ਸੁਧਾਰ ਹੋਣਾ ਜੀ, ਉੱਤਰ ਸੁਧਾਰ ਨਹੀਂ ਹੋਣਾ ਜੀ। ਮਿਹਰਬਾਨੀ ਗੁਮਟਾਲਾ ਜੀ, ਬਿਲਕੁਲ ਸਹੀ ਤੁਸੀਂ ਕਿਹਾ, ਸਾਨੂੰ ਸਭ ਨੂੰ ਪਤਾ ਵਾ ਇੱਥੇ ਔਰ ਬੜੀ ਖੁਸ਼ੀ ਵੀ ਹੋ ਰਹੀ ਹੈ ਕਿ ਓਟਵਾ ਦੇ ਵਿੱਚ ਉੱਥੇ ਵਿਸਾਖੀ ਦੀਆਂ ਸੈਲੀਬ੍ਰੇਸ਼ਨਸ ਹੋ ਰਹੀਆਂ। ਅਸੀਂ ਲਿਬਰਲ ਪਾਰਟੀ ਦੇ ਲੀਡਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵਿਸਾਖੀ ਦੀਆਂ ਵਧਾਈਆਂ ਦੀ ਸਪੀਚ ਵੀ ਸੁਣੀ ਹੈ, ਬਹੁਤ ਮਜ਼ਾ ਆਇਆ, ਬਹੁਤ ਖੁਸ਼ੀ ਹੋਈ ਇਹ ਸੁਣ ਕੇ। ਔਰ ਮੇਰਾ ਖਿਆਲ ਆ ਇਸ ਚੀਜ਼ ਦੇ ਵਿੱਚੋਂ ਸਾਨੂੰ ਸਭ ਨੂੰ ਹਿੰਦੁਸਤਾਨ ਦੇ ਵਿੱਚ ਸਾਡੇ ਹਿੰਦੁਸਤਾਨ ਦੇ ਸਿਆਸੀ ਲੀਡਰਾਂ ਨੂੰ ਇੱਕ ਸਬਕ ਲੈਣਾ ਚਾਹੀਦਾ ਵਾ ਇਹਦੇ ਬਾਰੇ। ਅਸੀਂ ਗੱਲ ਕੱਲ੍ਹ ਵਿਸਤਾਰ ਦੇ ਵਿੱਚ, ਕਿਉਂਕਿ ਕੱਲ੍ਹ ਸਾਡੇ ਇੱਥੇ ਵਿਸਾਖੀ ਦਾ ਪਵਿੱਤਰ ਤਿਉਹਾਰ ਵੀ ਆ, ਉਹਦੇ 'ਤੇ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਵੀ ਇਹਦੇ 'ਤੇ ਅਸੀਂ ਕੀ ਸਬਕ ਲੈ ਸਕਦੇ ਹਾਂ ਵੀ ਕੈਨੇਡਾ ਵਰਗੇ ਮੁਲਕ ਦੇ ਵਿੱਚ ਵਾਕਈ ਮਲਟੀ ਕਲਚਰਲ ਮਲਟੀ ਰੇਸ਼ੀਅਲ ਮੁਲਕ ਆ ਔਰ ਸਹੀ ਤਰੀਕੇ ਨਾਲ ਮਲਟੀ ਕਲਚਰਲ ਮਲਟੀ ਰੇਸ਼ੀਅਲ ਹੋਣ ਦੀ ਹੋਣ ਵੱਲ ਜਾ ਰਿਹਾ ਵਾ, ਉਹਦੇ ਤੋਂ ਅਸੀਂ ਕੀ ਸਬਕ ਲੈ ਸਕਦੇ ਹਾਂ ਇਹਦੇ ਬਾਰੇ ਆਪਾਂ ਜ਼ਰੂਰ ਗੱਲ ਕਰਾਂਗੇ। ਬਾਕੀ ਤੁਸੀਂ ਅੰਮ੍ਰਿਤਸਰ ਸ਼ਹਿਰ ਦੀ ਗੱਲ ਕੀਤੀ ਆ, ਪਿਛਲੀ ਵਾਰੀ ਜਦੋਂ ਤੁਸੀਂ ਆਏ ਸੀ ਤੁਸੀਂ ਸਾਨੂੰ ਅਸੀਂ ਸਟੂਡੀਓ 'ਚ ਇਨਵਾਈਟ ਕੀਤਾ ਸੀ, ਡੈਫੀਨੇਟਲੀ ਇਹ ਖਿਆਲ ਰੱਖਾਂਗੇ ਜੋ ਤੁਸੀਂ ਗੱਲ ਕਰ ਰਹੇ ਜੇ। ਸਾਡੀ ਕੋਸ਼ਿਸ਼ ਇਹ ਆ ਜੇ ਸਰਕਾਰ ਦੇ ਵਿੱਚ ਬਦਲਾਵ ਆਇਆ ਤਾਂ ਕੋਸ਼ਿਸ਼ ਇਹ ਆ ਵੀ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਹੀ ਇਹੋ ਜਿਹੀ ਹੋ ਜਾਵੇ, ਏਰੀਆ ਸਿਕਿਉਰਿਟੀ ਹੋ ਜਾਵੇ, ਸਿਟੀ ਸਿਕਿਉਰਿਟੀ ਹੋ ਜਾਵੇ, ਵੀ ਇੰਡੀਵਿਜੁਅਲ ਗਨਮੈਨ ਪੈਸੇ ਲੈ ਕੇ ਜਾਂ ਅਦਰਵਾਈਜ਼ ਕਿਸੇ ਨੂੰ ਵੀ ਲੈਣ ਦੀ ਲੋੜ ਨਾ ਪਵੇ, ਇਹੋ ਜਿਹੀ ਸਿਕਿਉਰਿਟੀ ਦਾ ਬੰਦੋਬਸਤ ਜਿਹੜਾ ਵਾ ਉਹਦੇ ਵੱਲ ਕੋਸ਼ਿਸ਼ ਹੋਊਗੀ ਅਤੇ ਤਾਂਦੀ ਗੱਲ ਬਣਨੀ ਆ ਜਿਵੇਂ ਤੁਹਾਡੇ ਵਰਗੇ ਬਾਹਰਲੇ ਮੁਲਕਾਂ ਦੇ ਵਿੱਚ ਆਪਣੀ ਡੱਬ 'ਚ ਪਿਸਤੌਲ ਰੱਖ ਕੇ ਜਾਂ ਕਾਰ ਦੇ ਵਿੱਚ ਬੰਦੂਕ ਰੱਖ ਕੇ ਜਾਂ ਘਰ ਦੇ ਵਿੱਚ ਬੰਦੂਕ ਰੱਖ ਕੇ ਤੁਸੀਂ ਆਪਣੀ ਸੁਰੱਖਿਆ ਨਹੀਂ ਕਰ ਸਕਦੇ, ਉਹ ਬੰਦਾ ਅਸੁਰੱਖਿਅਤ ਫੀਲ ਕਰਦਾ ਵਾ ਉਸ ਤਰ੍ਹਾਂ। ਸੋ ਇਸ ਕਰਕੇ ਮੇਰੇ ਖਿਆਲ ਆਪਾਂ ਨੂੰ ਲੋੜ ਆ ਚੇਂਜ ਲਿਆਉਣ ਦੀ, ਬਦਲਾਵ ਲਿਆਉਣ ਦੀ, ਇਹੋ ਜਿਹੀ ਚੇਂਜ ਔਰ ਬਦਲਾਵ ਲਿਆਉਣ ਦੀ ਜੋ ਲੋਕਾਂ ਪ੍ਰਤੀ ਹੋਵੇ ਔਰ ਜਿੱਥੇ ਲੋਕ ਸਿਕਿਓਰ ਫੀਲ ਕਰਨ। ਗੁਮਟਾਲਾ ਜੀ ਬਹੁਤ ਬਹੁਤ ਧੰਨਵਾਦ, ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ,
ਹੈਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਪ੍ਰਗਟ ਜੀ, ਸਤਿ ਸ਼੍ਰੀ ਅਕਾਲ। ਉਮਰ ਤੁਸੀਂ 1980-82 'ਚ ਇੰਡੀਅਨ ਐਕਸਪ੍ਰੈਸ ਸ਼ਾਇਦ ਲਿਖਿਆ ਹੈਗਾ ਕਿ ਮੋਰੈਲਿਟੀ ਜਿਹੜੀ ਆ ਨਾ ਉਹ ਬੜੀ ਡਾਊਨ ਆਈ ਜਾਂਦੀ ਹੈ, ਐਜੂਕੇਸ਼ਨ ਨੂੰ ਧਿਆਨ ਦੇਣਾ ਚਾਹੀਦਾ ਜੀ। ਅਤੇ ਅੱਜ ਹੁਣ ਉਹ ਆਸਟ੍ਰੇਲੀਆ ਨੂੰ ਧੜਾ ਧੜ ਮੁੰਡੇ ਜਾਂਦੇ ਸੀ ਅਤੇ ਉਹਨਾਂ ਵੀ ਬੈਨ ਕਰਤਾ ਵੀ ਇਹਨਾਂ ਦਾ ਲੈਵਲ ਹੀ ਕੋਈ ਨਹੀਂ ਗਾ, ਪਲੱਸ ਟੂ ਵਾਲਾ ਲੈਣੇ ਨਹੀਂ ਗੇ। ਅਤੇ 40-50 ਲੱਖ ਬੰਦਾ ਅੱਗੇ ਨੌਜਵਾਨ ਬੜੀਆਂ ਬੜੀਆਂ ਡਿਗਰੀਆਂ ਲੈ ਕੇ ਸੜਕਾਂ 'ਚ ਤੁਰਿਆ ਫਿਰਦਾ ਜੀ। ਅਤੇ ਇਹਨਾਂ ਜਦੋਂ ਅਕਾਲੀ ਸਰਕਾਰ ਦੇ 10 ਸਾਲ ਲੰਘੇ ਆ, ਇਹਨਾਂ ਚੋਣ ਮੈਨੀਫੈਸਟੋ 'ਚ ਇੰਨੇ ਵਾਅਦੇ ਕੀਤੇ ਸੀਗੇ, ਲੈਪਟਾਪ ਦੇਵਾਂਗੇ, ਨੌਕਰੀਆਂ ਦੇਵਾਂਗੇ, ਭੱਤੇ ਦੇਵਾਂਗੇ, ਬੇਰੁਜ਼ਗਾਰਾਂ ਨੂੰ ਦਿੱਤਾ ਕੁਝ ਨਹੀਂ। ਜਿੰਨਾ ਚਿਰ ਇਹ ਇਮਾਨਦਾਰੀ ਇਹਨਾਂ 'ਚ ਨਹੀਂ ਆਉਂਦੀ, ਉਨਾ ਚਿਰ ਪੰਜਾਬ 'ਚ ਕੋਈ ਹੱਲ ਨਹੀਂ ਗਾ। ਦੂਜੀ ਗੱਲ ਰਹਿ ਜੀ, ਏਡੇ ਧਾਰਮਿਕ ਅਦਾਰੇ ਜਿਨ੍ਹਾਂ ਨੂੰ ਦੁਨੀਆਂ ਨੇ ਸੇਧ ਦਿੱਤੀ ਅਤੇ ਨਾਮਧਾਨੀ ਵਰਗ ਦਾ ਨਾਂ ਲੈ ਦਈਏ ਅਤੇ ਲੋਕ ਰਾਹ ਛੱਡ ਦਿੰਦੇ ਵੀ ਏਡੀ ਇਮਾਨਦਾਰ ਕੌਮ ਹੈ ਇਹ, ਅਤੇ ਇਹਨਾਂ ਨੇ ਆਪਣਾ ਆਜ਼ਾਦੀ ਦੀ ਲਹਿਰ 'ਚ ਵੀ ਯੋਗਦਾਨ ਪਾਇਆ ਜੀ ਸਤਿਗੁਰੂ ਰਾਮ ਸਿੰਘ ਨੇ। ਅਤੇ ਅੱਜ ਹੁਣ ਗੱਦੀਆਂ ਦੀ ਖਾਤਰ ਮੋਰੈਲਿਟੀ ਕੋਈ ਨਹੀਂ ਰਹਿ ਗਈ। ਵੇਖੋ ਗੋਲੀਆਂ ਚੱਲਣਗੀਆਂ, ਕਦੀ ਕਿਤੇ ਡੇਰੇ ਤੋਂ ਲੜਾਈ ਹੁੰਦੀ ਆ, ਕਦੀ ਕਿਤੇ ਲੜਾਈ ਹੁੰਦੀ ਆ। ਅੰਮ੍ਰਿਤਸਰ ਸ਼ਹੀਦਾਂ ਜਿੱਥੇ ਉਹ ਸ਼ਹੀਦ ਕੀਤੇ ਗਏ ਹੈਗੇ ਗੁਰੂ ਤੇਗ ਬਹਾਦਰ ਹਸਪਤਾਲ ਦੇ ਬਾਹਰ, ਉੱਥੇ ਵੀ ਇਹਨਾਂ ਦੀ ਗੋਲੀ ਚੱਲੀ ਵੀ ਉਹ ਆਖਣ ਅਸੀਂ ਜਲਸਾ ਸਮਾਗਮ ਕਰਨਾ ਅਤੇ ਉਹ ਆਖਣ ਅਸੀਂ ਕਰਨਾ ਜੀ। ਇਹ ਸਾਰੀ ਮੋਰੈਲਿਟੀ ਦੀ ਗੱਲ ਹੈ ਜੀ। ਪੰਜਾਬ ਦੀ ਮੋਰੈਲਿਟੀ ਹੁੰਦੀ ਸੀ ਜਿਹਦੀ ਦੁਨੀਆ ਮੰਨਦੀ, ਅੱਜ ਇਹਨਾਂ ਡਾਊਨ ਹੀ ਇੰਨੀ ਕਰਤੀ ਸਰਕਾਰਾਂ ਨੇ ਵੀ ਸਾਰੀ ਲੜਾਈ ਝਗੜਾ ਇਹੋ ਹੀ ਹੈ। ਸਾਡਾ ਜਿਹੜਾ ਕਰੈਕਟਰ ਹੁੰਦਾ ਇਮਾਨਦਾਰੀ ਦਾ ਉਹ ਖਤਮ ਹੁੰਦਾ ਜਾਂਦਾ ਜੀ। ਬਿਲਕੁਲ ਪ੍ਰਗਟ ਜੀ, ਬਿਲਕੁਲ ਠੀਕ ਆ। ਮੋਰੈਲਿਟੀ ਜਿਹੜੀ ਆ ਇਹ ਇਸ ਵੇਲੇ ਬਿਲਕੁਲ ਲੋਵੈਸਟ ਐਬ 'ਤੇ ਜਿਹਨੂੰ ਕਹੀਦਾ ਨਾ ਉਹ ਆ। ਔਰ ਮੋਰੈਲਿਟੀ ਨੂੰ ਸਹੀ ਕਰਨ ਵਾਸਤੇ ਮੇਰੇ ਖਿਆਲ ਸੇਧ ਜਿਹੜੀ ਆ ਜਾਂ ਤਾਂ ਸਾਡੇ ਸਿਆਸੀ ਲੀਡਰ ਦੇਣ ਜਾਂ ਸਾਡੇ ਧਰਮ ਸਥਾਨ ਦੇਣ, ਇਹ ਬੇਸਿਕਲੀ ਦੋ ਜਾਂ ਸਮਾਜਿਕ ਸੰਸਥਾਵਾਂ ਜੀ। ਤੁਸੀਂ 1980-82 'ਚ ਲਿਖਿਆ ਸੀ ਐਜੂਕੇਸ਼ਨ ਬਾਰੇ, ਅਤੇ ਅੱਜ ਹੁਣ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ, ਅਤੇ ਅੱਜ ਵੇਖੋ ਕਿੱਥੇ ਚੱਲ ਗਿਆ ਕੰਮ, ਵਿਦੇਸ਼ਾਂ ਦੀ ਧਰਤੀ। ਉਹਨਾਂ ਕਿਹਾ ਤੁਹਾਡਾ ਲੈਵਲ ਹੀ ਕੋਈ ਨਹੀਂ, ਅਸੀਂ ਤੁਹਾਡੇ ਬੱਚੇ ਨਹੀਂ ਲੈਣੇ ਪਲੱਸ ਟੂ ਕੀਤੇ। ਬਹੁਤ ਮੈਨੂੰ ਅਫਸੋਸ ਹੋਇਆ ਜੀ ਜਦੋਂ ਮੈਂ ਕੱਲ੍ਹ ਖਬਰ ਪ੍ਰਗਟ ਜੀ ਪੜ੍ਹੀ ਅਖਬਾਰ ਦੇ ਵਿੱਚ ਵੀ ਆਸਟ੍ਰੇਲੀਆ ਨੇ ਜਿਹੜੇ ਆਪਣੇ ਸਟੂਡੈਂਟਸ ਆ ਜਿਨ੍ਹਾਂ ਨੇ ਪਲੱਸ ਟੂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਕੀਤੀ ਆ, ਉਹਨਾਂ ਨੂੰ ਵੀਜ਼ਾ ਦੇਣ ਤੋਂ ਐਜੂਕੇਸ਼ਨ ਵੀਜ਼ਾ ਦੇਣ ਤੋਂ ਨਾ ਕਰਤੀ, ਇਹ ਕਹਿ ਕੇ ਕਿ ਇਹ ਜਿਹੜੀ ਕੁਆਲੀਫਿਕੇਸ਼ਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ PSEB ਦੀ, ਇਹਨੂੰ ਅਸੀਂ ਮਾਨਤਾ ਹੀ ਨਹੀਂ ਦਿੰਦੇ ਕਿਉਂਕਿ ਉਹਦਾ ਜਿਹੜਾ ਸਿਸਟਮ ਆ ਐਗਜ਼ਾਮੀਨੇਸ਼ਨ ਸਿਸਟਮ ਆ ਉਹ ਸਹੀ ਨਹੀਂ ਹੈ। ਮੈਨੂੰ ਇਹ ਪੜ੍ਹ ਕੇ ਬਹੁਤ ਅਫਸੋਸ ਹੋਇਆ ਕਿਉਂਕਿ ਇਹ ਵਾਕਈ ਜਿਵੇਂ ਪ੍ਰਗਟ ਬਲ ਜੀ ਨੇ ਕਿਹਾ ਵਾ 1981-82 'ਚ ਮੈਂ ਉਦੋਂ ਇੰਡੀਅਨ ਐਕਸਪ੍ਰੈਸ ਕੰਮ ਕਰਦਾ ਸੀ ਅਤੇ ਮੈਂ ਉਦੋਂ ਇੱਕ ਲੇਖ ਲਿਖਿਆ ਸੀ, ਮੈਂ ਬੜੀ ਇਨਵੈਸਟੀਗੇਸ਼ਨ ਕੀਤੀ ਸੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ, ਹਫ਼ਤਾ 10 ਦਿਨ 15 ਦਿਨ ਮੈਨੂੰ ਲੱਗੇ ਸੀ। ਉਹਦਾ ਹੈਡਿੰਗ ਸੀ ਉਹਦਾ ਸਿਫਾਰਿਸ਼ ਸੈਂਚੁਰੀ, ਵੀ ਇੱਥੇ ਸਭ ਕੁਛ ਹੀ ਸਿਫਾਰਿਸ਼ ਨਾਲ ਹੁੰਦਾ, ਭਰਤੀਆਂ ਸਿਫਾਰਿਸ਼ ਨਾਲ, ਚੇਅਰਮੈਨ ਦੀ ਭਰਤੀ ਸਿਫਾਰਿਸ਼ ਨਾਲ, ਜਿੰਨਾ ਉਹਦਾ ਸਟਾਫ ਆ, ਕਲਰਕ ਆ, ਜਿੰਨੇ ਉਹਦੇ ਸਬਜੈਕਟ ਐਕਸਪਰਟਸ ਆ ਉਹ ਸਾਰੇ ਸਿਫਾਰਿਸ਼ ਨਾਲ, ਐਗਜ਼ਾਮੀਨੇਸ਼ਨ ਸਿਸਟਮ ਸਿਫਾਰਿਸ਼ ਨਾਲ, ਉਹ ਤੋਂ ਬਾਅਦ ਲੋਕਾਂ ਦੇ ਜਿਹੜੇ ਨੰਬਰ ਆ ਸਿਫਾਰਿਸ਼ ਨਾਲ, ਸਿਫਾਰਿਸ਼ ਸੈਂਚੁਰੀ ਉਹਦਾ ਨਾਂ ਸੀ। ਅਫਸੋਸ ਨਾਲ ਕਹਿਣਾ ਪੈਂਦਾ ਵਾ ਕਿ ਅੱਜ ਆਲਮੋਸਟ 35 ਸਾਲ ਬਾਅਦ ਵੀ ਅੱਜ ਉਹੀ ਹਾਲਤ ਆ, ਔਰ ਬਾਹਰ ਦੀਆਂ ਜਿਹੜੀਆਂ ਸੰਸਥਾਵਾਂ ਵਾ ਉਹਨੂੰ ਮਾਨਤਾ ਉਹਦੀ ਰੱਦ ਕਰ ਰਹੀਆਂ ਵਾ। ਸੋ ਇਹ ਐਜੂਕੇਸ਼ਨ ਦੀ ਹਾਲਤ ਅਸੀਂ ਇਸ ਵੇਲੇ ਕਰ ਲਈ ਆ। ਵਾਕਈ ਮੋਰੈਲਿਟੀ ਜਿਹੜੀ ਆ ਬਿਲਕੁਲ ਡਾਊਨ ਆ, ਪਰ ਇਹ ਮੋਰੈਲਿਟੀ ਨੂੰ ਸਹੀ ਕਰਨ ਵਾਸਤੇ ਜਾਂ ਸਮਾਜਿਕ ਜਾਂ ਧਾਰਮਿਕ ਜਾਂ ਸਿਆਸੀ ਸੰਸਥਾਵਾਂ ਨੂੰ ਮਿਹਨਤ ਕਰਨੀ ਪਊ, ਜ਼ਿੰਮੇਵਾਰੀ ਆਪਣੀ ਸਾਰਿਆਂ ਦੀ ਬਣ ਜਾਂਦੀ ਆ। ਸੋ ਕੋਸ਼ਿਸ਼ ਆਪਾਂ ਸਾਰੇ ਕਰੀਏ ਵੀ ਆਪਾਂ ਉਸ ਚੇਂਜ ਵੱਲ ਨੂੰ ਤੁਰੀਏ। ਬਹੁਤ ਬਹੁਤ ਮਿਹਰਬਾਨੀ ਪ੍ਰਗਟ ਜੀ, ਮੈਨੂੰ ਤੁਸੀਂ ਪੁਰਾਣੀ ਯਾਦ ਕਰਾਤੀ, ਪੁਰਾਣੇ ਲੇਖ ਦੀ ਮੈਨੂੰ। ਦੇਖਦੇ ਹਾਂ ਸਾਡੇ ਅਗਲੇ ਸੱਜਣ ਕੀ ਵਿਚਾਰ ਰੱਖਣਾ ਚਾਹੁੰਦੇ। ਹੈਲੋ, ਹੈਲੋ, ਹਾਂਜੀ
ਹਾਂਜੀ ਭਾਈ ਸਾਹਿਬ ਤੁਸੀਂ ਔਨ ਏਅਰ ਜੇ ਦੱਸੋ ਪਲੀਜ਼ ਗੋ ਅਹੈਡ। ਹਾਂਜੀ ਮੇਰਾ ਨਾਮ ਸਤਨਾਮ ਸਿੰਘ ਹੈ ਜੀ, ਮੈਂ ਬੋਲਦਾ ਅਮਰੀਕਾ ਤੋਂ। ਸਤਨਾਮ ਸਿੰਘ, ਮੈਂ ਅੱਜ ਤੁਹਾਡਾ ਸਾਰਾ ਸ਼ੋਅ ਦੇਖਿਆ ਤੇ ਸਾਨੂੰ ਇੱਕ ਸ਼ਰਮ ਆਉਂਦੀ ਵੀ ਸਾਡੇ ਸਿੱਖਾਂ ਦੀ ਆਪਣੀ ਸਰਕਾਰ ਹੋਵੇ, ਸਿੱਖ ਕਾਰਕੁਨ ਹੋ, ਪਰ ਕੈਨੇਡਾ ਸਰਕਾਰ ਸਿੱਖਾਂ ਨੂੰ ਮੰਨਦੀ, ਸਾਡੇ ਆਪਣੇ ਸਿੱਖ ਸਿੱਖਾਂ ਨੂੰ ਮੰਨਦੇ ਨੇ, ਸਿੱਖਾਂ ਨੂੰ ਮਾਰਦੇ ਆ ਜੀ। ਬਸ ਮੈਂ ਇਹਦਾ ਹੋਰ ਕੁਛ ਨਹੀਂ ਕਹਿਣਾ ਚਾਹੁੰਦਾ। ਬਿਲਕੁਲ ਜੀ ਬਿਲਕੁਲ, ਇਨਫੈਕਟ ਸਾਨੂੰ ਇਹਨਾਂ ਬਾਹਰਲੇ ਮੁਲਕਾਂ ਤੋਂ ਸਬਕ ਲੈਣਾ ਚਾਹੀਦਾ ਵਾ ਕਿ ਸਾਡੇ ਇੱਥੇ ਕੀ ਹਾਲਤ ਆ ਔਰ ਬਾਹਰ ਕਿਵੇਂ ਸਤਿਕਾਰ ਮਿਲ ਰਿਹਾ ਵਾ। ਇਨਫੈਕਟ ਮੈਂ ਇੱਕ ਹੋਰ ਵੀ ਵੇਖ ਰਿਹਾ ਸੀ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਜਿਹੜੇ ਆ ਉਹ ਸ਼ਾਇਦ ਅਗਲੇ ਮਹੀਨੇ, ਜਿਹੜਾ ਕਮਾਘਾਟਾ ਮਾਰੂ ਵਾਕਿਆ ਹੋਇਆ ਸੀ 1914 'ਚ, ਉਹਦੇ ਵਾਸਤੇ ਵੀ ਮਾਫ਼ੀ ਮੰਗਣ ਜਾ ਰਹੇ ਆ। ਸਾਡੇ ਇੱਥੇ ਜੋ ਕੁਛ ਹੋਇਆ ਵਾ 84 'ਚ ਹੋਇਆ, ਉਹ ਤੋਂ 1992 'ਚ ਹੋਇਆ ਗੁਜਰਾਤ ਦੇ ਵਿੱਚ, ਕਿਸੇ ਸਿਆਸੀ ਲੀਡਰ ਨੇ ਕੋਈ ਮਾਫ਼ੀ ਕਿਸੇ ਨੇ ਨਹੀਂ ਮੰਨੀ। ਬਹੁਤ ਅਫਸੋਸ ਦੀ ਗੱਲ ਹੈ। ਮੇਰਾ ਖਿਆਲ ਹੈ ਜਿੰਨੇ ਚਿਰ ਤੱਕ ਅਸੀਂ ਆਪਣੀਆਂ ਗਲਤੀਆਂ ਦੀ ਮਾਫ਼ੀ, ਗਲਤੀਆਂ ਦਾ ਅਹਿਸਾਸ ਨਹੀਂ ਕਰਾਂਗੇ, ਉਨੇ ਚਿਰ ਤੱਕ ਗਾਂਹ ਤਰੱਕੀ ਨਹੀਂ ਕਰ ਸਕਦੇ। ਮੈਂ ਇਹ ਵੀ ਦੇਖ ਰਿਹਾ ਸੀ ਵੀ 1945 'ਚ ਜਿਹੜਾ ਹੀਰੋਸ਼ੀਮਾ ਦੇ ਉੱਤੇ ਜਿਹੜਾ ਨਿਊਕਲੀਅਰ ਬੰਬ ਸੁੱਟਿਆ ਗਿਆ ਸੀਗਾ, ਉਹਦੇ ਲਈ ਵੀ ਸੈਕਟਰੀ ਆਫ ਸਟੇਟ ਅਮੈਰੀਕਾ ਦੇ ਜਿਹੜੇ ਆ ਉਹ ਹੀਰੋਸ਼ੀਮਾ ਜਾ ਕੇ ਉਹਨਾਂ ਨੇ ਉੱਥੇ ਰੀਤ ਰੱਖੀ, ਉਹ ਜਿਹੜਾ ਮੈਮੋਰੀਅਲ ਬਣਿਆ ਵਾ ਹੀਰੋਸ਼ੀਮਾ ਦਾ ਉੱਥੇ ਗਏ, ਔਰ ਸ਼ਾਇਦ ਪ੍ਰੈਜ਼ੀਡੈਂਟ ਬਰਾਕ ਓਬਾਮਾ ਵੀ ਸ਼ਾਇਦ ਅਗਲੇ ਮਹੀਨੇ ਜਾਂ ਅਗਲੇ ਦਿਨਾਂ ਦੇ ਵਿੱਚ ਉੱਥੇ ਜਾਣਗੇ। ਸੋ ਮੇਰੇ ਖਿਆਲ ਸਾਨੂੰ ਸਾਡੇ ਲੀਡਰਾਂ ਨੂੰ ਵੀ ਜੇ ਗਲਤੀ ਹੋ ਜਾਂਦੀ ਹੈ ਕਿਤੇ ਤਾਂ ਉਹਦੇ ਲਈ ਬੈਟਰ ਇਹ ਆ ਵੀ ਮਾਫ਼ੀ ਮੰਗ ਕੇ ਗਾਂਹ ਤੁਰੀਏ, ਲੇਕਿਨ ਅਸੀਂ ਉਹਨਾਂ ਐਕਸ਼ਨਸ ਨੂੰ ਜਸਟੀਫਾਈ ਕਰਦੇ ਰਹਿੰਦੇ ਹਾਂ, ਔਰ ਜੇ ਅਸੀਂ ਜਸਟੀਫਾਈ ਕਰਾਂਗੇ ਤਾਂ ਜਿਹੜੇ ਵਿਤਕਰੇ ਆ ਇਹ ਵਧਣਗੇ ਔਰ ਅਸੀਂ ਗਾਂਹ ਨਹੀਂ ਤੁਰ ਸਕਾਂਗੇ। ਇਹ ਬਿਲਕੁਲ ਸਤਨਾਮ ਜੀ ਸਹੀ ਕਿਹਾ ਤੁਸੀਂ, ਸਾਨੂੰ ਇਹ ਬਾਹਰਲੇ ਮੁਲਕਾਂ ਤੋਂ ਸਬਕ ਸਿੱਖ ਲੈਣ ਦੀ ਲੋੜ ਆ। ਦੇਖਦੇ ਹਾਂ ਸਾਡੇ, ਅਸੀਂ ਅਮਨ ਕਾਨੂੰਨ ਵਿਵਸਥਾ ਦੀ ਗੱਲ ਕਰ ਰਹੇ ਹਾਂ ਪੰਜਾਬ ਦੇ ਵਿੱਚ, ਮੈਂ ਅੱਜ ਆਪਾਂ ਦੁਬਾਰਾ ਭਟਕ ਰਹੇ ਹਾਂ ਸਬਜੈਕਟ ਤੋਂ, ਪਰ ਕਈ ਚੀਜ਼ਾਂ ਇਹਦੇ ਨਾਲ ਲਿੰਕਡ ਆ, ਮੋਰੈਲਿਟੀ ਵੀ ਲਿੰਕਡ ਆ, ਅਮਨ ਕਾਨੂੰਨ ਦੀ ਵਿਵਸਥਾ ਜਿਹੜੀ ਆ ਇਹਨੂੰ ਆਪਾਂ ਇਨ ਆਈਸੋਲੇਸ਼ਨ ਨਹੀਂ ਦੇਖ ਸਕਦੇ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਕੀ ਵਿਚਾਰ ਰੱਖਣਾ ਚਾਹੁੰਦੇ, ਉਸ ਤੋਂ ਬਾਅਦ ਫਿਰ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਹੈਲੋ, ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸੰਧੂ ਸਾਹਿਬ, ਗੁਰਫਤਿਹ ਭਾਈ ਸਾਹਿਬ, ਗੁਰਫਤਿਹ ਜੀ, ਤੁਹਾਡੇ ਸਾਰੇ ਸਰੋਤਿਆਂ ਨੂੰ ਦਾਸ ਵੱਲੋਂ ਗੁਰੂ ਫਤਿਹ। ਮਿਹਰਬਾਨੀ ਭਾਈ ਸਾਹਿਬ, ਕੌਣ ਬੋਲ ਰਹੇ ਜੀ? ਨਿਊਯਾਰਕ ਤੋਂ। ਨਿਊਯਾਰਕ ਤੋਂ ਕੌਣ ਬੋਲ ਰਹੇ? ਚਰਨ ਸਿੰਘ ਪ੍ਰੇਮਪੁਰਾ ਬੋਲਦਾ ਜੀ। ਹਾਂਜੀ ਪ੍ਰੇਮਪੁਰਾ ਜੀ, ਹਾਂਜੀ ਹਾਂਜੀ ਸਰ ਜੀ, ਇਹ ਜਿਹੜੀ ਹਾਲਾਤ ਚੱਲ ਰਹੀ ਨਾ ਹੁਣ ਜੀ ਇੰਡੀਆ ਲੈਵਲ ਤੇ ਹੀ, ਪੰਜਾਬ ਵਿੱਚ ਵੀ, ਇਹ ਸਿਆਸੀ ਲੋਕ ਜਾਣ ਕੇ ਢਿੱਲ ਦਿੰਦੇ ਨੇ ਪੁਲਿਸ ਨੂੰ, ਦੁਨੀਆਂ ਨਰਵਸ ਹੋ ਜਾਏ, ਭੋਲੇ ਭਾਲੇ ਲੋਕ ਨੇ ਉਹ ਡਰ ਜਾਂਦੇ ਨੇ ਜੀ, ਧਰਮ ਦੇ ਨਾਂ ਤੇ ਕਦੇ ਡਰਾਂਦੇ ਨੇ ਵੀ ਧਰਮ ਖਤਰੇ 'ਚ ਆ ਗਿਆ, ਆਪ ਆਪਣੀਆਂ ਬਾਰਕਾਂ 'ਚ ਬਹਿ ਜਾਂਦੇ ਨੇ, ਬਗਾਨੇ ਪੁੱਤਰਾਂ ਨੂੰ ਮਰਨ ਵਾਸਤੇ ਛੱਡ ਦਿੰਦੇ ਨੇ ਜੀ। ਇਹ ਜਿਹੜਾ 84 ਦਾ ਦੌਰ ਹੈ ਨਾ, ਮੈਂ ਦਾਸ ਨੇ ਨਾ ਆਪਣੇ ਸਿਰ ਤੇ ਹੰਡਾਇਆ ਸਾਨੂੰ, ਨਰੇਲਾ ਮੰਡੀ ਅਸੀਂ ਦਿੱਲੀ ਗਏ, ਨਰੇਲਾ ਲਾ ਲਏ ਸਾਨੂੰ ਸਾਰੇ ਸਿੱਖਾਂ ਨੂੰ ਵੱਖਰੇ ਕਰਕੇ, ਉੱਥੋਂ ਅਸੀਂ ਸਿਰ ਪੜਵਾ ਕੇ ਤੇ ਹਰਿਆਣੇ 'ਚ ਵਾਪਸ ਭੱਜੇ ਸੀ। ਇਹ ਜਿਹੜੇ ਸਾਡੇ ਲੀਡਰ ਨੇ ਇਹਨਾਂ ਨੂੰ ਕਿਸੇ ਦਾ ਕਿਸੇ ਕਿਸਮ ਦਾ ਕੋਈ ਦੁੱਖ ਨਹੀਂ, ਇਹ ਹੋਰ ਵਿਗਾੜਨਗੇ ਜਿਉਂ ਜਿਉਂ ਇਲੈਕਸ਼ਨ ਨੇੜੇ ਆਵੇਗਾ ਹਾਲਾਤ। ਬਿਲਕੁਲ ਪ੍ਰੇਮਪੁਰਾ ਜੀ, ਆਪਾਂ ਨੂੰ ਸਭ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਆ ਵੀ ਆਪਾਂ ਇਹ ਗੱਲਾਂ ਦੇ ਵਿੱਚ ਨਾ ਆਈਏ ਔਰ ਆਪਣਾ ਇਸਤੇਮਾਲ ਕਰੀਏ, ਆਪਣੇ ਦਿਮਾਗ ਦੇ ਇਸਤੇਮਾਲ ਕਰੀਏ, ਆਪਣੇ ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕਰੀਏ ਵੀ ਜੇ ਹੋ ਰਿਹਾ ਵਾ ਇਹ ਵਾਕਈ ਸਾਡੇ ਹਿੱਤਾਂ 'ਚ ਹੋ ਰਿਹਾ ਵਾ, ਆਪਣੇ ਇਸ ਚੀਜ਼ ਨੂੰ ਕੁਐਸਚਨ ਕਰੀਏ ਆਪਾਂ, ਇਹ ਬਹੁਤ ਜ਼ਰੂਰੀ ਆ। ਪ੍ਰੇਮਪੁਰਾ ਜੀ, ਹੋਰ ਵੀ ਕੁਛ ਕਹਿਣਾ ਜੀ? ਬਸ ਮੈਂ ਇਹ ਕਹਿੰਦਾ ਦੁਨੀਆਂ ਨੂੰ ਜਾਗਣਾ ਪੈਣਾ ਇਹਨਾਂ ਦੀਆਂ ਗੱਲਾਂ 'ਚ ਨਾ ਆਉਣ, ਬਸ। ਬਿਲਕੁਲ ਬਿਲਕੁਲ, ਜਾਗਰੂਕ ਹੋਣ ਦੀ ਲੋੜ ਹੈ ਜੀ ਔਰ ਗੱਲਾਂ ਦੇ ਵਿੱਚ, ਔਰ ਕੁਐਸਚਨ ਕਰੀਏ ਆਪਾਂ ਇਹਨਾਂ ਨੂੰ ਵੀ ਤੁਸੀਂ ਹੁਣ ਤਾਂ ਆਹ ਕਹਿ ਰਹੇ ਜੇ ਪਰ ਇਹ ਜੋ ਪਹਿਲਾਂ ਵਾਕਿਆ ਹੋਇਆ ਉਹਦੇ 'ਚ ਤੁਸੀਂ ਕੀ ਕੀਤਾ ਸੀਗਾ, ਉਹਦੇ 'ਚ ਕੀ ਤੁਸੀਂ ਜਸਟੀਫਿਕੇਸ਼ਨ ਦਿੱਤੀ ਹੈ ਜਾਂ ਦਿੰਦੇ ਜੇ, ਉਹਦੇ 'ਚ ਕੀਤਾ ਕੀ ਤੁਸੀਂ? ਮੇਰੇ ਖਿਆਲ ਆਪਾਂ ਇਹਨਾਂ ਨੂੰ ਜੋ ਕੁਐਸਚਨ ਕਰਾਂਗੇ ਤਾਂ ਫਿਰ ਇਹ ਲੋਕਾਂ ਦੀਆਂ ਭੜਕਾਵਾਂ ਜਿਹੜੀਆਂ ਵਾ ਭਾਵਨਾਵਾਂ ਵਾ ਉਹਨਾਂ ਨੂੰ ਨਹੀਂ ਭੜਕਾਉਣਗੇ ਔਰ ਉਹਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨਗੇ।
ਇੱਥੇ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਪੰਜਾਬ 'ਚ ਵਿਗੜਦੀ ਅਮਨ ਕਾਨੂੰਨ ਦੀ ਵਿਵਸਥਾ ਬਾਰੇ ਵਿਚਾਰ ਚਰਚਾ ਜਿਹੜੀ ਆ ਇਸੇ ਤਰ੍ਹਾਂ ਹੀ ਜਾਰੀ ਕਰਾਂਗੇ। ਤੁਹਾਡੇ ਵਿਊਜ਼ ਵੀ ਲਵਾਂਗੇ, ਬਾਹਰਲੇ ਮੁਲਕਾਂ ਦੇ ਵਿੱਚ ਪੁਲਿਸ ਕਿਵੇਂ ਫੰਕਸ਼ਨ ਕਰਦੀ ਆ ਇਹਦੇ 'ਤੇ ਵੀ ਅਸੀਂ ਜਾਣਕਾਰੀ ਲੈਣੀ ਚਾਹਾਂਗੇ। ਪਰ ਇਹ ਸਭ ਕੁਝ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੈਲਕਮ ਬੈਕ। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਸਵਾਗਤ ਹੈ। ਅੱਜ ਅਸੀਂ ਗੱਲ ਕਰ ਰਹੇ ਹਾਂ ਪੰਜਾਬ 'ਚ ਵਿਗੜਤੀ ਅਮਨ ਕਾਨੂੰਨ ਵਿਵਸਥਾ ਯਾਨੀ ਲਾਅ ਐਂਡ ਆਰਡਰ ਸਿਚੁਏਸ਼ਨ ਦੀ। ਇਹਦੇ ਕੀ ਕਾਰਨ ਨੇ ਉਹਦੇ ਬਾਰੇ ਵੀ ਆਪਾਂ ਜ਼ਰੂਰ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਦੇ ਵਿਚਾਰ ਜਿਹੜੇ ਆ ਉਹ ਸਾਂਝੇ ਕਰਨੇ ਚਾਹੁੰਦੇ ਹਾਂ, ਕਿਉਂਕਿ ਤੁਹਾਡੇ ਬਾਹਰ ਦੇ ਮੁਲਕਾਂ ਦੇ ਵਿੱਚ ਦੇ ਐਕਸਪੀਰੀਅੰਸ ਵੀ ਹੈ ਵੀ ਉੱਥੇ ਪੁਲਿਸ ਕਿਵੇਂ ਫੰਕਸ਼ਨ ਕਰਦੀ, ਉੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਿਵੇਂ ਹੁੰਦੀ ਆ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਕਹਿਣਾ ਚਾਹੁੰਦੇ ਆ। ਹੈਲੋ, ਸਤਿ ਸੰਧੂ ਭਾਜੀ। ਹਾਂਜੀ ਹਾਂਜੀ ਭਾਈ ਸਾਹਿਬ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਰਿਆਂ ਨੂੰ ਲੱਖ ਲੱਖ ਵਿਸਾਖੀ ਦੀ ਵਧਾਈਆਂ ਹੋਣ। ਗੁਰਫਤਿਹ ਭਾਈ ਸਾਹਿਬ, ਤੁਹਾਨੂੰ ਵੀ ਬਹੁਤ ਬਹੁਤ ਵਧਾਈ ਹੋਵੇ। ਕੌਣ ਬੋਲ ਰਹੇ ਜੇ? ਮੈਂ ਜਸਵਿੰਦਰ ਬੋਲਦਾ ਨਿਊਯਾਰਕ ਤੋਂ। ਹਾਂਜੀ ਜਸਵਿੰਦਰ ਜੀ, ਦੱਸੋ ਕੀ ਕਹਿਣਾ ਚਾਹੁੰਦੇ ਜੇ ਆਪਾਂ ਜਿਹੜਾ ਅੱਜ ਦਾ ਮਸਲਾ ਵਾ। ਭਾਜੀ ਮੈਂ ਮਸਲਾ ਇਹ ਕਹਿਣਾ ਚਾਹੁੰਦਾ ਵੀ ਅਸੀਂ ਹੁਣ ਕੈਨੇਡਾ ਦਾ ਪ੍ਰੈਜੀਡੈਂਟ ਨੂੰ ਅਸੀਂ ਮਾਫ਼ੀ ਮੰਗਾਉਂਦੇ ਵੀ ਹਾਂ, ਕਿੰਨੇ ਸਾਲ ਦੇ ਕੇ ਜੀ, ਕਿੰਨੇ ਸਾਲ ਹੋ ਗਏ ਨੇ ਜੀ ਜੀ ਭਾਈ ਸਾਹਿਬ। ਹਾਂਜੀ ਕਿੰਨੇ ਸਾਲ ਹੋ ਗਏ ਨੇ ਉਹਨੂੰ ਕੰਮ ਸਾਨੂੰ ਮਾਰਗੜਾ 1800 ਕਿੰਨੇ ਜੋ ਆਏ ਨਾ ਜਿਹੜਾ ਕਾਮਾ ਘਾਟਾ ਮਾਰੂ 1914 ਜੀ 1914 ਨੇ ਕਦੀ ਕਦੀ ਮਾਫ਼ੀ ਮੰਗੀ ਚਾਸੀ ਦੰਗਿਆਂ ਦੇ ਜਾਂ ਕਿਸੇ ਨੂੰ ਮਾਰਨ ਵਾਸਤੇ? ਨਹੀਂ ਆਪਾਂ ਉਹਦੇ ਬਾਰੇ ਗੱਲ ਕੀਤੀ ਹੈ ਜਸਵਿੰਦਰ ਜੀ, ਮੈਂ ਹੁਣੇ ਵੀ ਕਿਹਾ ਵਾ ਕਿ ਸਾਨੂੰ ਇਹਨਾਂ ਚੀਜ਼ਾਂ ਤੋਂ ਸਿੱਖ ਲੈਣੀ ਚਾਹੀਦੀ ਹੈ ਬਾਹਰਲੇ ਮੁਲਕਾਂ ਤੋਂ। ਔਰ ਜੇ ਆਪਾਂ ਜੇ ਇੱਕ ਵਾਰੀ ਉਹ ਸਾਰੇ ਮਸਲੇ ਦੇ ਉੱਤੇ ਇੱਕ ਵਾਰੀ ਆਪਾਂ ਇਫ ਵੀ ਟ੍ਰੈਂਡ ਕਮ ਕਲੀਨ ਤਾਂ ਫਿਰ ਗਾਂਹ ਵੀ ਬੰਦਾ ਤੁਰ ਸਕਦਾ ਵਾ, ਲੋਕ ਫਿਰ ਜੁੜਦੇ ਆ। ਪਰ ਜੇ ਨਹੀਂ ਕਰਾਂਗੇ ਤਾਂ ਇਸ ਤਰ੍ਹਾਂ ਦੇ ਜਿਹੜੇ ਫਰਕ ਆ ਇਹ ਇਸੇ ਤਰ੍ਹਾਂ ਹੀ ਫੀਲਿੰਗਸ ਜਿਹੜੀਆਂ ਵਾ ਇਹ ਰਹਿਣਗੀਆਂ। ਪੰਜਾਬ ਦੀ ਜਿਹੜੀ ਅਮਨ ਕਾਨੂੰਨ ਵਿਵਸਥਾ ਉਹਦੇ ਬਾਰੇ ਗੱਲ ਕਰਨੀ ਕੁਛ? ਪੰਜਾਬ ਦੀ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਵਾ ਜਿਹੜਾ ਆਪਣਾ ਅੱਜ ਦਾ ਮਸਲਾ ਵਾ ਉਹਦੇ 'ਤੇ ਕੁਛ ਕਹਿਣਾ ਵਾ, ਵਿਚਾਰ ਰੱਖਣੇ ਤੁਸੀਂ? 5 ਮਿੰਟ ਗੱਲ ਕਰਨੀ ਤੁਹਾਡੇ ਨਾਲ। ਹਾਂਜੀ ਅਸੀਂ ਹੁਣ ਦਿੱਲੀ ਦੇ ਵਿੱਚ ਅਸੀਂ ਗੁਰੂ ਘਰ ਦੇ ਵਿੱਚ ਜੋ ਇਹਨਾਂ ਕਰ ਦਿੱਤਾ ਕੁਛ ਵੀ ਕਰਤਾ, ਅੱਜ ਸਰਕਾਰਾਂ ਉੱਥੇ ਚੜ ਗਈਆਂ ਨੇ। ਪਹਿਲਾਂ ਸਰਕਾਰਾਂ ਕਿੱਥੇ ਗਈਆਂ ਸੀ ਇਹ ਸੋਚੋ, ਪਹਿਲਾਂ ਕਿੱਥੇ ਸਰਕਾਰ ਸੀ, ਅੱਜ ਕੀ ਸਰਕਾਰ ਬਣ ਗਈ? ਨਹੀਂ ਜਿਹੜਾ ਤੁਸੀਂ ਗੁਰਦੁਆਰਾ ਸੀਸਗੰਜ ਦੇ ਪਿਆਊ ਦਾ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਤੁਸੀਂ? ਮੈਂ ਪਿਊ ਦਾ ਕਹਿੰਦਾ ਹੈਗਾ ਅੱਜ ਸਾਰੀਆਂ ਸਰਕਾਰਾਂ ਉੱਤੇ ਚੜ ਗਈਆਂ ਨੇ ਵੀ ਇਹੀ ਉਹਨਾਂ ਨੇ ਇਹ ਕਰ ਦਿੱਤਾ ਜੀ। ਇਹ ਸਰਕਾਰਾਂ ਜਦੋਂ 1984 ਦੇ ਵਿੱਚ ਹੋਇਆ ਸੀਗਾ ਉਦੋਂ ਸਰਕਾਰਾਂ ਕਿੱਥੇ ਗਈਆਂ ਸੀਗੀਆਂ? ਬਿਲਕੁਲ ਠੀਕ ਹੈ, ਮੇਰਾ ਖਿਆਲ ਆ ਇਹ ਜਿਹੜਾ ਪਿਆਊ ਦਾ ਮਸਲਾ ਵਾ ਇਹਦੇ 'ਤੇ ਵੀ, ਕਿਉਂਕਿ ਇਹਦੇ ਨਾਲ ਵੀ ਭਾਵਨਾਵਾਂ ਲੋਕਾਂ ਦੀਆਂ ਜੁੜੀਆਂ ਵਾ, ਮੇਰੇ ਖਿਆਲ ਇਹਦੀ ਪ੍ਰੋਪਰ ਇਨਕੁਆਇਰੀ ਹੋਣੀ ਚਾਹੀਦੀ ਆ। ਔਰ ਕੋਰਟ ਨੂੰ ਵੀ ਮੇਰਾ ਖਿਆਲ ਹੈ ਕੋਈ ਇਹੋ ਜਿਹੇ ਹੁਕਮ ਨਹੀਂ ਦੇਣੇ ਚਾਹੀਦੇ ਜਿਹਦੇ ਨਾਲ ਲੋਕਾਂ ਦੇ ਵਿੱਚ ਹੋਰ ਗੁੱਸਾ ਵਧੇ। ਔਰ ਮੇਰਾ ਖਿਆਲ ਹੈ ਇਸ ਵੇਲੇ ਮਸਲੇ ਦੇ ਉੱਤੇ ਸਟੇਟਸ ਕੋ ਜਿਹਨੂੰ ਕਹੀਦਾ ਵਾ ਉਹ ਅਪਣਾਉਣਾ ਚਾਹੀਦਾ ਵਾ, ਔਰ ਇਹਦੀ ਇਨਕੁਆਇਰੀ ਕਰਾਉਣੀ ਚਾਹੀਦੀ ਆ ਵੀ ਇਹ ਹੋਇਆ ਕਿਉਂ ਔਰ ਕਿੰਨੇ ਸਹੀ ਪੱਖ ਕੋਰਟ ਅੱਗੇ ਨਹੀਂ ਪੇਸ਼ ਕੀਤਾ। ਜਸਵਿੰਦਰ ਜੀ ਬਹੁਤ ਬਹੁਤ ਧੰਨਵਾਦ, ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਕੀ ਕਹਿਣਾ ਚਾਹੁੰਦੇ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਮੈਂ ਹਰਪ੍ਰੀਤ ਸਿੰਘ ਮਾਨਪੁਰ ਦਾ ਜੀ। ਹਾਂਜੀ ਮਾਨ ਸਾਹਿਬ, ਮੈਂ ਰਿਕੁਐਸਟ ਇਹ ਕਰਦਾ ਜੀ, ਸੰਤੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਕੀ ਰਿਕੁਐਸਟ ਇਹ ਆ ਵੀ ਜਿਸ ਮੁਲਕ ਦੇ ਵਿੱਚ ਜਿਸ ਸੂਬੇ ਦੇ ਵਿੱਚ ਆਪਣੇ ਧਾਰਮਿਕ ਗੁਰੂ ਦੀ ਸਾਡੀ ਬੇਅਦਬੀ ਹੋਈ ਹੋਵੇ ਉਹਨੂੰ ਟਰੇਸ ਨਾ ਕਰ ਸਕੀ ਹੋਵੇ ਗੌਰਮੈਂਟ। ਬਾਕੀ ਜਿਹੜੇ ਜਿਹੜੀ ਬਾਕੀ ਦੂਜੀ ਗੱਲ ਪੁਲਿਸ ਦੀ,
ਪੁਲਿਸ ਜਿਹੜੀ ਆ ਮੇਰੇ ਹਿਸਾਬ ਨਾਲ ਚੋਰਾਂ ਦੀ, ਸਿਆਸੀ ਚੋਰਾਂ ਦੀ, ਗੁੰਡਿਆਂ ਦੀ, ਅਤੇ ਉਹਨਾਂ ਦੀ ਹਿਫਾਜ਼ਤ ਕਰ ਰਹੀ ਆ। ਠੀਕ ਹੈ, ਇਹ ਵੈਸੇ ਫੀਲਿੰਗ ਮਾਨ ਸਾਹਿਬ। ਹਾਂਜੀ ਹੈਲੋ, ਜਸ ਜਸ ਮੈਂ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਹਾਂਜੀ ਹਾਂਜੀ ਭਾਈ ਸਾਹਿਬ, ਹੋਰ ਵੀ ਕੁਛ ਕਹਿਣਾ ਤੁਸੀਂ? ਤੁਹਾਡੀ ਆਹ ਗੱਲ ਤਾਂ ਬਿਲਕੁਲ ਕਲੀਅਰ ਹੋ ਗਈ, ਸਪਸ਼ਟ ਹੋ ਗਈ ਹੈ। ਮੇਰੇ ਖਿਆਲ ਕਾਲ ਜਿਹੜੀ ਆ ਉਹ ਸ਼ਾਇਦ ਵਿੱਚੇ ਹੀ ਕੱਟ ਗਈ। ਮੈਂ ਇੱਥੇ ਇਹੀ ਕਹਿਣਾ ਚਾਹੁੰਦਾ ਕਿ ਮੁਲਕ 'ਚ, ਖਾਸ ਕਰਕੇ ਪੰਜਾਬ 'ਚ, ਅਮਨ ਕਾਨੂੰਨ ਦੀ ਵਿਵਸਥਾ ਵਿਗੜਨ ਦੇ ਕਈ ਕਾਰਨ ਹੈ। ਪੰਜਾਬ 'ਚ ਕਾਫੀ ਹੱਦ ਤੱਕ ਇਸ ਸਥਿਤੀ ਲਈ ਅਕਾਲੀ ਭਾਜਪਾ ਵੱਲੋਂ ਜਿਹੜੇ ਹਲਕਾ ਇੰਚਾਰਜ ਲਾਏ ਗਏ ਆ ਉਹ ਕਾਫੀ ਹੱਦ ਤੱਕ ਜ਼ਿੰਮੇਵਾਰ ਆ। ਇਹਨਾਂ ਨੂੰ ਪੁੱਛ ਕੇ ਹੀ ਹੇਠਲੇ ਲੈਵਲ 'ਤੇ ਪੁਲਿਸ ਅਧਿਕਾਰੀ ਤਾਇਨਾਤ ਕੀਤੇ ਜਾਂਦੇ ਆ। ਜ਼ਾਹਿਰ ਹੈ ਕਿ ਪੁਲਿਸ ਆਪਣੇ ਫੈਸਲੇ ਸਹੀ ਅਤੇ ਨਿਰਪੱਖ ਤੌਰ 'ਤੇ ਨਹੀਂ ਕਰਦੀ। ਇਹ ਵੀ ਦੇਖਿਆ ਗਿਆ ਵਾ ਕਿ ਹਰ ਛੋਟੀ ਮੋਟੀ ਘਟਨਾ ਉੱਤੇ ਸਰਕਾਰ SIT ਦਾ ਗਠਨ ਕਰ ਦਿੰਦੀ ਹੈ, ਉਹਦਾ ਐਲਾਨ ਕਰ ਦਿੰਦੀ ਹੈ, ਪਰ ਹਾਲੇ ਤੱਕ ਕਿਸੇ ਵੀ SIT ਜਾਂਚ ਵਿੱਚੋਂ ਕੁਝ ਵੀ ਨਿਕਲ ਕੇ ਨਹੀਂ ਆਇਆ। ਇਹ ਇੱਕ ਤਰੀਕੇ ਨਾਲ ਜਿਹੜਾ ਮਸਲਾ ਵਾ ਉਹਦੇ 'ਤੇ ਘੱਟਾ ਪਾਉਣ ਵਾਲੀ ਉਹਦੇ ਵਾਂਗੂ ਆ। ਅਮਨ ਕਾਨੂੰਨ ਦੀ ਸਥਿਤੀ ਇਸ ਕਰਕੇ ਵੀ ਵਿਗੜ ਰਹੀ ਹੈ ਕਿਉਂਕਿ ਅਸੀਂ ਕੇਸਾਂ ਨੂੰ ਟਾਈਮ ਬਾਉਂਡ ਨਹੀਂ ਕੀਤਾ। ਇਹਦੇ ਬਾਰੇ ਵੀ ਗੱਲ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਜਿਹੜੇ ਸਾਡੇ ਨਾਲ ਸੱਜਣ ਇਸ ਵੇਲੇ ਜੁੜੇ ਆ, ਦੇਖਦੇ ਹਾਂ ਉਹਨਾਂ ਦਾ ਇਸ ਅਮਨ ਕਾਨੂੰਨ ਦੀ ਵਿਵਸਥਾ ਬਾਰੇ ਕੀ ਦ੍ਰਿਸ਼ਟੀਕੋਣ ਹੈ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਅੰਕਲ ਜੀ, ਅਤੇ ਮੈਂ ਸਾਰੇ ਜਿੰਨੇ ਵੀ ਆਪਣੇ ਸਿੱਖ ਕਮਿਊਨਿਟੀ ਨੂੰ ਵਿਸਾਖੀ ਦੀ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ। ਮਿਹਰਬਾਨੀ ਭਾਈ ਸਾਹਿਬ, ਕੌਣ ਬੋਲ ਰਹੇ? ਮੈਂ ਮੌਂਟਰੀਅਲ ਤੋਂ ਸੈਣੀ ਬੋਲ ਰਿਹਾ ਜੀ। ਮੌਂਟਰੀਅਲ ਤੋਂ ਸੈਣੀ ਸਾਹਿਬ, ਦੱਸੋ ਕੀ ਵਿਚਾਰ ਨੇ ਤੁਹਾਡੇ ਅੱਜ ਦੇ ਮਸਲੇ 'ਤੇ? ਮੇਰੇ ਵਿਚਾਰ ਛੋਟੇ ਜੀ, ਮੈਂ ਇੱਕ ਛੋਟਾ ਜਿਹਾ ਥੋੜ੍ਹਾ ਟਾਈਮ ਜ਼ਿਆਦਾ ਲਾਵਾਂ। ਆਪਾਂ ਸਪੋਜ਼ ਦੈਟ ਇੱਥੇ ਬਾਹਰਲੇ ਮੁਲਕ 'ਚ ਆਪਾਂ ਰਹਿੰਦੇ ਹਾਂ ਅਤੇ ਇੱਥੇ ਅਸੀਂ ਕਾਰ ਡਰਾਈਵ ਕਰਦੇ ਹਾਂ ਲੋਕਲ ਏਰੀਏ 'ਚ ਕਿਤੇ ਜੀ, ਅਤੇ ਬਾਈ ਚਾਂਸ ਕੋਈ, ਵੈਸੇ ਤਾਂ ਕੋਈ ਗਲਤੀ ਕਰਦਾ ਨਹੀਂ ਆ, ਬਹੁਤ ਰੇਅਰ ਆ, ਜੇ ਕੋਈ ਕਰਦਾ ਵੀ ਆ ਤਾਂ ਆਪਾਂ ਨੂੰ ਮਾੜਾ ਮੋਟਾ, ਚਲੋ ਆਪਾਂ ਇੱਕ ਹਿਊਮਨ ਆ, ਗੁੱਸਾ ਤਾਂ ਆਉਂਦਾ ਹੀ ਹੈ, ਖੈਰ ਕੋਈ ਗਲਤੀ ਕਰਦਾ ਆਪਾਂ ਨੂੰ ਜੀ, ਅਤੇ ਅਸੀਂ ਸੋਚਦੇ ਹਾਂ ਵੀ ਇਹਨੂੰ ਰੋਕੀਏ, ਕੁਛ ਕਹੀਏ ਜਾਂ ਮਾਰੀਏ, ਮਾੜਾ ਮੋਟਾ ਕੁਛ ਕਹੀਏ, ਪਰ ਲੇਕਿਨ ਸੋਚਣ ਲੱਗ ਜਾਂਦੇ ਵੀ ਠੀਕ ਆ ਵੀ ਪੁਲਿਸ ਇੱਥੇ ਲਾਓ ਇੱਦਾਂ ਦੇ, ਪੁਲਿਸ ਦੱਸ ਕੇ ਲਾਇਸੈਂਸ ਲਾ ਕੇ ਸਸਪੈਂਡ ਕਰ ਦੇਣਾ ਜੀ, ਆਪਾਂ ਇੱਦਾਂ ਦੇ ਵਿਚਾਰ ਮਨ ਚਾਹੁੰਦੇ ਆ ਵੀ ਕੋਈ ਪ੍ਰੋਬਲਮ ਨਾ ਕ੍ਰੀਏਟ ਹੋ ਜਾਏ, ਚਲ ਛੱਡ ਬਰੇ ਜਾਣ ਦੋ ਇਹਨੂੰ, ਅਗਰ ਜੇ ਕਿਤੇ ਬਾਈ ਚਾਂਸ ਕੋਈ ਕਾਰ ਮਾੜੀ ਮੋਟੀ ਲੱਗ ਵੀ ਗਈ, ਆਪਾਂ ਇੰਸ਼ੋਰੈਂਸ ਚੱਲ ਜਾਵਾਂਗੇ, ਕਲੇਮ ਕਰ ਲਾਂਗੇ, ਪੈਸੇ ਆ ਜਾਣਗੇ ਜਾਂ ਜੋ ਵੀ ਹੈ ਰਿਪੇਅਰ ਹੋ ਜਾਏਗੀ। ਤੁਹਾਡੇ ਇੰਡੀਆ ਦੇ ਵਿੱਚ ਲਾ ਐਂਡ ਆਰਡਰ ਇੱਦਾਂ ਕਿ ਅਗਰ ਉੱਥੇ ਅਗਰ ਇੱਦਾਂ ਕੁਛ ਹੋ ਜਾਏ, ਪਹਿਲਾਂ ਤਾਂ ਬੰਦੇ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਆ, ਨੰਬਰ 1, ਨਾ ਪੁੱਛਦੇ ਨਾ ਲੈਣਾ ਦੇਣਾ, ਉਹ ਤੋਂ ਬਾਅਦ ਫਿਰ ਗੇੜੇ ਮਾਰਦੇ ਆ ਜੀ ਇੰਸ਼ੋਰੈਂਸ ਪਾਲਿਸੀ ਹੋ ਰਹੀ ਹੈ ਉਹ। ਉੱਥੇ ਪਤਾ ਪ੍ਰੋਬਲਮ ਸਭ ਤੋਂ ਵੱਡੀ ਕੀ ਆ ਕਿ ਜਿਹੜੇ ਜਿਹੜੀਆਂ ਸੰਸਥਾਵਾਂ ਜਿਹੜੀਆਂ ਸਾਨੂੰ ਜਿਹੜੀਆਂ ਪ੍ਰੋਵਾਈਡ ਕਰਦੀਆਂ ਫੈਸਿਲਿਟੀਆਂ ਉਹ ਸਾਰੀਆਂ ਕਰਪਟ ਆ, ਉਹ ਸਭ ਹਾਈ ਲੈਵਲ 'ਤੇ ਮਿਲੀਆਂ ਹੋਈਆਂ, ਉਹ ਇੱਕ ਦੂਜੇ ਤੋਂ ਅੱਗੇ ਪੈਸਾ ਵਸੂਲਦੇ ਆ। ਉੱਥੇ ਜਦੋਂ ਸੁਵਿਧਾ ਜਿਹੜੀ ਆ ਪ੍ਰੋਪਰ ਨਹੀਂ ਮਿਲ ਰਹੀ, ਇਸ ਕਰਕੇ ਪਹਿਲਾਂ ਤਾਂ ਲੈ ਆਨ ਆਰਡਰ ਤਾਂ ਪਹਿਲਾਂ ਉੱਥੇ ਜੋ ਵੀ ਸੁਵਿਧਾ ਦਿੱਤੀ ਜਾਂਦੀ ਆ ਉਹ ਵੀ ਪ੍ਰੋਪਰ ਤਰੀਕੇ ਨਾਲ ਨਹੀਂ ਮਿਲਦੀ, ਇਹ ਸਭ ਤੋਂ ਵੱਡੀ ਪ੍ਰੋਬਲਮ ਆ। ਉਸ ਤੋਂ ਬਾਅਦ ਅੱਗੇ ਫਿਰ ਜਿਹੜੀ ਅਪਰੋਚ ਵਗੈਰਾ ਹੈਗੀ ਆ। ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਤੁਹਾਡੇ ਵਿਚਾਰ ਜਿਹੜੇ ਆ ਬੜੇ ਕਲੀਅਰ ਆ, ਚੰਗੇ ਵਿਚਾਰ ਰੱਖੇ ਤੁਸੀਂ, ਚੰਗੇ ਉੱਥੇ ਦੇ ਸਿਸਟਮ ਸਮਝਾਈ ਆ, ਔਰ ਸ਼ਾਇਦ ਕੁਝ ਇਹ ਚੀਜ਼ਾਂ ਜਿਹੜੀਆਂ ਵਾ ਸਾਨੂੰ ਇੱਥੇ ਵੀ ਅਡੋਪਟ ਕਰਨ ਦੀ ਸਖਤ ਲੋੜ ਆ। ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਦੀ, ਲਾਅ ਐਂਡ ਆਰਡਰ ਸਿਚੁਏਸ਼ਨ ਦੀ, ਪੁਲਿਸ ਫੰਕਸ਼ਨਿੰਗ ਦੀ। ਦੇਖਦੇ ਹਾਂ ਸਾਡੇ ਅਗਲੇ ਕਾਲਰ ਜਿਹੜੇ ਆ ਉਹ ਇਸ ਮਸਲੇ 'ਤੇ ਕੀ ਆਪਣਾ ਵਿਊ ਪੁਆਇੰਟ ਦੇਣਾ ਚਾਹੁੰਦੇ ਆ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਅੰਕਲ ਜੀ, ਹਰਪ੍ਰੀਤ ਸਿੰਘ ਬੋਲ ਰਿਹਾ ਜੀ। ਹਾਂਜੀ ਹਾਂਜੀ ਹਰਪ੍ਰੀਤ, ਹਾਂਜੀ। ਮੇਨ ਚੀਜ਼ ਆਪਣੇ ਨੂੰ ਪਹਿਲੇ ਸਿੰਪਲੀ ਵੇਖਣ ਦੀ ਲੋੜ ਆ ਕਿ ਜਿਹੜਾ ਆਹ ਇੰਸੀਡੈਂਟ ਹੋਇਆ ਵਾ ਇਹ ਤੇ ਇੱਕ ਬ੍ਰੈਡ ਐਂਡ ਬਟਰ ਵਰਕ ਹੈਗਾ ਵਾ, ਲਾਈਕ ਏ ਡੇਲੀ ਵਰਕ ਹੈਗਾ ਵਾ ਪੁਲਿਸ ਦਾ ਜੀ, ਕਿ ਇੱਕ ਮਰਡਰ ਹੋਇਆ ਵਾ ਜਿਹਦੇ ਵਿੱਚ ਪੋਸੀਬਲੀ ਕੌਨਸਪਰੇਸੀ ਵੀ ਹੈਗੀ ਆ, ਕਿਉਂਕਿ ਦੋ ਬੰਦੇ ਤੋਂ ਜ਼ਿਆਦਾ ਹੈਗੇ ਸੀ, ਅਤੇ
ਇਹ ਚ ਬੇਸਿਕਲੀ ਮੇਰੇ ਖਿਆਲ ਤੋਂ ਕੋਈ ਨਵੇਂ ਲਾਅ ਦੀ ਕੋਈ ਕੁਛ ਨੀ ਲੋੜ ਹੈਗੀ ਆ, ਇਹ ਤੇ ਉਹਨਾਂ ਦਾ ਇੱਕ ਬੇਸਿਕ ਵਰਕ ਆ ਬੇਸਿਕ, ਜੇ ਮੇਰੇ ਖਿਆਲ ਤੋਂ ਜੇ ਉਹ ਪੂਰਾ ਨਹੀਂ ਚੰਗੀ ਤਰ੍ਹਾਂ ਕਰ ਪਾਊਗੇ, ਜਾਂ ਫਿਰ ਜਿਹੜੇ ਪਿਛਲੇ ਇੰਸੀਡੈਂਟ ਹੋਏ ਆ ਜਿਸ ਤਰ੍ਹਾਂ ਗੋਲੀ ਚੱਲੀ ਸੀ ਆਪਣੇ ਸ਼ਰਧਾਲੂਆਂ ਤੇ ਉਹ ਵੀ ਇੱਕ ਬੇਸਿਕ ਵਰਕ ਹੈਗੇ ਸੀ, ਉਹ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਸੀ ਕਿ ਕੋਈ ਬੋਰਡ ਹੁੰਦਾ ਜਿਨ੍ਹਾਂ ਨੇ ਇਨਵੈਸਟੀਗੇਟ ਕਰਦਾ ਤੇ ਹੁਣ ਤੱਕ ਤੇ ਉਹ ਕਦੋਂ ਦਾ ਫਾਇੰਡ ਆਊਟ ਹੋ ਜਾਣਾ ਸੀ। ਮੇਰੇ ਖਿਆਲ ਤੋਂ ਆਪਾਂ ਲਾਅ ਦੇ ਬਜਾਏ ਜਾਣ ਦੀ ਬਜਾਏ ਪਹਿਲੇ ਤੇ ਆਪਾਂ ਐਗਜ਼ਿਸਟਿੰਗ ਜਿਹੜਾ ਸਟਰਕਚਰ ਹੈਗਾ ਵਾ ਕਿ ਜਿਹੜੀ ਇੰਟਰਫੇਰੈਂਸ ਹੁੰਦੀ ਆ ਪੋਲੀਟੀਕਲ ਉਹਨੂੰ ਸੁਧਾਰਨ ਦੀ ਲੋੜ ਆ ਕਿ ਲੋਕਲ ਪੁਲਿਸ ਨੂੰ ਕੀਤਾ ਜਾਵੇ, ਸਟੇਟ ਦੇ ਕੰਟਰੋਲ ਦੇ ਵਿੱਚ ਪੁਲਿਸ ਨਾ ਹੋਵੇ, ਸਟੇਟ ਦੀ ਸੁਪਰਵਿਜ਼ਨ ਹੋ ਸਕਦੀ ਆ, ਉਹਨਾਂ ਦਾ ਵੱਖਰਾ ਅਟਾਰਨੀ ਜਨਰਲ ਹੁੰਦੇ ਆ ਜਾਂ ਉਹਨਾਂ ਦਾ ਵੱਖਰਾ ਇੱਕ ਐਨਫੋਰਸਮੈਂਟ ਸਿਸਟਮ ਆ ਕਿ ਉਹ ਚੈੱਕ ਰੱਖ ਸਕਦੇ ਆ ਕਿ ਵੀ ਲੋਕਲ ਕੀ ਹੋ ਰਿਹਾ ਵਾ, ਪਰ ਲੋਕਲ ਪੁਲਿਸ ਕਰਨੀ ਬਹੁਤ ਜ਼ਰੂਰੀ ਹੈਗੀ ਆ। ਉਸ ਤਰ੍ਹਾਂ ਹੀ ਸੇਮ ਚੀਜ਼ ਪ੍ਰੋਸੀਕਿਊਸ਼ਨ ਨੂੰ ਸੈਪਰੇਟ ਕਰਨਾ ਬਹੁਤ ਜ਼ਰੂਰੀ ਹੈਗਾ ਵਾ। ਪ੍ਰੋਸੀਕਿਊਸ਼ਨ ਕਰੰਟਲੀ ਪੰਜਾਬ ਦੇ ਵਿੱਚ ਸਟਿਲ ਕਰੰਟਲੀ ਸਟੇਟ ਦੇ ਕੰਟਰੋਲ ਦੇ ਵਿੱਚ ਹੁੰਦਾ ਵਾ, ਉਹਨਾਂ ਨੂੰ ਵੀ ਲੋਕਲ ਕੇਸਿਸ ਜਿਹੜੇ ਹੁੰਦੇ ਆ ਜਿੱਦਾਂ ਜਿਹਦੇ ਵਿੱਚ ਸਟੇਟ ਦਾ ਇੰਨਾ ਕੋਈ ਹੈਗਾ ਨਹੀਂ ਆ ਮਸਲਾ, ਉਹਨਾਂ ਨੂੰ ਵੀ ਆਪਣੀ ਇੰਡੀਪੈਂਡੈਂਸ ਬਹੁਤ ਚਾਹੀਦੀ ਹੈ ਜ਼ਰੂਰੀ, ਕਿਉਂਕਿ ਅਦਰਵਾਈਜ਼ ਕਈ ਵਾਰ ਰੀਸੈਂਟਲੀ ਵੇਖਿਆ ਹੈਗਾ ਵਾ ਕਿ ਕੋਈ ਜਾਣ ਪਛਾਣ ਵਾਲਿਆਂ ਦਾ ਕੋਈ ਵਿਕਟਮ ਹੈਗੇ ਸੀ ਕੋਈ ਕ੍ਰਾਈਮ ਦੇ ਉਹ, ਅਤੇ ਉਹਨਾਂ ਦਾ ਜਿਹੜਾ ਪ੍ਰੋਸੀਕਿਊਟਰ ਹੈਗਾ ਸੀ ਗਵਰਨਮੈਂਟ ਦਾ ਉਹ ਮਤਲਬ ਇਹੋ ਜਿਹਾ ਐਕਟ ਕਰ ਰਿਹਾ ਸੀ ਕਿ ਜਿਸ ਤਰ੍ਹਾਂ ਉਹ ਉਹ ਜਿਹੜਾ ਜਿਹਨੇ ਕ੍ਰਾਈਮ ਕੀਤਾ ਉਹਦੇ ਨਾਲ ਹੀ ਉਹ ਅਗਲਾ ਮਿਲਿਆ ਹੋਵੇ ਜੀ, ਤੇ ਮਤਲਬ ਇਹ ਚੀਜ਼ ਜਦੋਂ ਤੱਕ ਆਪਾਂ ਸੁਧਾਰਾਂਗੇ ਨਹੀਂ ਮੇਰੇ ਖਿਆਲ ਤੋਂ, ਈਵਨ ਜਿਹੜੇ ਬੇਸਿਕ ਕ੍ਰਾਈਮ ਆ ਉਹਦੇ ਵਿੱਚ ਵੀ ਜਸਟਿਸ ਮੇਰੇ ਖਿਆਲ ਤੋਂ ਨਹੀਂ ਮਿਲ ਸਕਦਾ ਹੈਗਾ, ਤੇ ਇਹ ਚੀਜ਼ ਬਹੁਤ ਜ਼ਰੂਰੀ ਆ। ਬਾਕੀ ਸਾਰੇ ਚੇਂਜਸ ਕਰਨ ਤੋਂ ਪਹਿਲੇ ਇੱਕ ਇਨਸਾਨ ਦੀ ਫਿਜ਼ੀਕਲ ਪ੍ਰੋਟੈਕਸ਼ਨ ਬਹੁਤ ਜ਼ਰੂਰੀ ਹੈ। ਈਵਨ ਆਪਾਂ ਇੰਡਸਟਰੀ ਵੀ ਸੋਚ ਲਈਏ ਕਿ ਵੀ ਇੰਡਸਟਰੀ ਨਹੀਂ ਆ ਰਹੀ, ਉਹ ਚੀਜ਼ਾਂ ਬਹੁਤ ਦੂਰ ਦੀਆਂ ਵਾ, ਪਹਿਲੇ ਇੱਕ ਬੇਸਿਕ ਫਿਜ਼ੀਕਲ ਪ੍ਰੋਟੈਕਸ਼ਨ ਤੇ ਇੱਕ ਬਹੁਤ ਹੀ ਬੇਸਿਕ ਮੁੱਦਾ ਹੈਗਾ। ਬਿਲਕੁਲ ਠੀਕ ਹੈ, ਬਿਲਕੁਲ ਸਹੀ ਕਿਹਾ ਹਰਪ੍ਰੀਤ, ਬਿਲਕੁਲ ਇਨਫੈਕਟ ਤੁਸੀਂ ਇੱਥੋਂ ਦੀ ਸਿਚੁਏਸ਼ਨ ਬਾਰੇ ਵੀ ਔਰ ਉੱਥੋਂ ਦੀ ਸਿਚੁਏਸ਼ਨ ਬਾਰੇ ਵੀ ਇਹ ਸਾਰੀ ਜਾਣਕਾਰੀ ਲੈ ਕੇ ਆ ਗੱਲ ਕੀਤੀ ਹੈ। ਬਿਲਕੁਲ ਬਿਲਕੁਲ ਐਗਰੀ ਕਰਦੇ ਹਾਂ। ਜਿਵੇਂ ਮੈਂ ਅੱਗੇ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਇਸ ਕਰਕੇ ਵੀ ਵਿਗੜ ਰਹੀ ਹੈ ਕਿਉਂਕਿ ਅਸੀਂ ਕੇਸਾਂ ਨੂੰ ਟਾਈਮ ਬਾਊਂਡ ਨਹੀਂ ਹੁਣ ਤੱਕ ਕੀਤਾ, ਯਾਨੀ ਉਹਨਾਂ ਦੇ ਪੂਰੇ ਹੋਣ ਦੀ ਕੋਈ ਮਿਆਦ ਨਹੀਂ ਮਿੱਥੀ ਗਈ। ਇਹੋ ਹੀ ਵਜ੍ਹਾ ਹੈ ਕਿ ਕਈ ਕੇਸਾਂ 'ਚ ਮੁੱਖ ਗਵਾਹ ਜਿਹੜੇ ਆ ਉਹ ਪੈਸੇ ਲੈ ਕੇ ਜਾਂ ਡਰ ਕਰਕੇ ਮੁੱਕਰ ਜਾਂਦੇ ਆ। ਉਦਾਹਰਨ ਵਜੋਂ ਤੁਹਾਨੂੰ ਯਾਦ ਹੋਊਗਾ ਮੋਗਾ ਬੱਸ ਕਾਂਡ ਜਿਹੜਾ ਪਿੱਛੇ ਜੇ ਹੋਇਆ ਸੀਗਾ, ਪਿਛਲੇ ਸਾਲ ਮੇਰੇ ਖਿਆਲ 29 ਅਪ੍ਰੈਲ ਨੂੰ ਮੋਗਾ ਲਾਗੇ ਇੱਕ ਬੱਸ 'ਚੋਂ 13 ਸਾਲ ਦੀ ਲੜਕੀ ਸੀ ਅਰਸ਼ਦੀਪ ਕੌਰ, ਦਲਿਤ ਲੜਕੀ ਸੀ, ਉਹਨੂੰ ਬੱਸ 'ਚੋਂ ਧੱਕਾ ਦੇ ਦਿੱਤਾ ਗਿਆ। ਉਸ ਲੜਕੀ ਦੀ ਇਸ ਕਰਕੇ ਮੌਤ ਹੋ ਗਈ। ਰੌਲਾ ਪਾਉਣ 'ਤੇ 4 ਬੱਸ ਅਧਿਕਾਰੀਆਂ ਦੇ ਖਿਲਾਫ਼ ਕੇਸ ਵੀ ਚੱਲਿਆ, ਪਰ ਹੌਲੀ ਹੌਲੀ ਕਰੀਬ ਕਰੀਬ ਸਾਰੇ ਹੀ ਗਵਾਹ ਜਿਹੜੇ ਆ ਉਹ ਮੁੱਕਰ ਰਹੇ ਆ। ਹੋਰ ਤੇ ਹੋਰ ਮ੍ਰਿਤਕ ਲੜਕੀ ਦੀ ਮਾਂ ਅਤੇ ਭਰਾ ਜਿਨ੍ਹਾਂ ਨੇ ਇਹ ਸਭ ਕੁਝ ਹੁੰਦੇ ਵੇਖਿਆ ਉਹ ਵੀ ਮੁੱਕਰ ਗਏ। ਸੋ ਇਹ ਸਭ ਦਾ ਕੀ ਹੱਲ ਆ? ਇੱਕ ਹੱਲ ਤਾਂ ਇਹ ਹੈ ਕਿ ਸਾਰੇ ਕੇਸਾਂ ਦੀ ਮਿਆਦ ਮਿਥਣੀ ਚਾਹੀਦੀ ਹੈ। ਦੂਜਾ ਮੇਰੇ ਖਿਆਲ ਬਾਹਰਲੇ ਮੁਲਕਾਂ ਵਾਂਗੂ ਜਿਹੜੇ ਪੁਲਿਸ ਮਹਿਕਮੇ ਨੂੰ ਸਿਆਸੀ ਦਾਰੋਮਦਾਰ ਤੋਂ ਅੱਡ ਯਾਨੀ ਇੰਡੀਪੈਂਡੈਂਟ ਕਰ ਦੇਣਾ ਚਾਹੀਦਾ। ਜੇ ਇਹ ਹੋ ਜਾਏ ਤਾਂ ਪੁਲਿਸ ਮਹਿਕਮੇ ਦੀਆਂ ਬਦਲੀਆਂ ਉੱਪਰ ਸਿਆਸੀ ਲੀਡਰਾਂ ਦਾ ਕੋਈ ਕੰਟਰੋਲ ਨਹੀਂ ਹੋਊਗਾ। ਔਰ ਜਿਵੇਂ ਹੁਣੇ ਹਰਪ੍ਰੀਤ ਸਿੰਘ ਨੇ ਵੀ ਕਿਹਾ ਵਾ ਕਿ ਸਾਨੂੰ ਪ੍ਰੋਸੀਕਿਊਸ਼ਨ ਨੂੰ ਲਾਅ ਐਂਡ ਆਰਡਰ ਵਿੰਗ ਨੂੰ ਇਹਨਾਂ ਨੂੰ ਅੱਡ ਕਰਨ ਦੀ ਲੋੜ ਆ। ਪੰਜਾਬ 'ਚ ਕਿਹਾ ਤਾਂ ਹੈ ਵੀ ਇਹਨਾਂ ਨੇ ਕਰਤਾ ਵਾ, ਪਰ ਮੇਰਾ ਖਿਆਲ ਇਨ ਪ੍ਰੈਕਟਿਸ ਸ਼ਾਇਦ ਇਹ ਹਾਲੇ ਤੱਕ ਨਹੀਂ ਹੋਇਆ। ਦੇਖਦੇ ਹਾਂ ਕਿ ਕਿਹੜੀ ਪਾਰਟੀ ਇਹੋ ਜਿਹਾ ਕਦਮ ਚੁੱਕਣ ਦਾ ਹੁਣ ਅਗਲੀਆਂ ਚੋਣਾਂ ਹੋਣੀਆਂ ਉਹਦੇ 'ਚ ਵਾਅਦਾ ਕਰਦੀ ਆ। ਸਮਾਂ ਬੜਾ ਥੋੜ੍ਹਾ ਜਿਹਾ ਰਹਿ ਗਿਆ, 5 ਮਿੰਟ ਆ, ਅਸੀਂ ਦੇਖਦੇ ਹਾਂ ਅਤੇ ਕੋਸ਼ਿਸ਼ ਕਰਦੇ ਹਾਂ 2-4 ਕਾਲਾਂ ਹੋਰ ਲੈ ਕੇ ਹੋਰ ਤੁਹਾਡੇ ਸਭ ਸੱਜਣਾਂ ਦਾ ਇਸ ਮਸਲੇ 'ਤੇ ਨਜ਼ਰੀਆ ਲੈ ਸਕੀਏ। ਹੈਲੋ,
ਹੈਲੋ ਹਾਂਜੀ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਸਾਹਿਬ ਮੈਂ ਕੈਨੇਡਾ ਤੋਂ ਬੋਲ ਰਿਹਾ ਜੀ ਸੁਧੀਰ ਸ਼ਾਹੀ ਥੋੜ੍ਹਾ ਉੱਚੀ ਬੋਲਿਓ ਭਾਈ ਸਾਹਿਬ ਮੈਂ ਜੀ ਕੈਨੇਡਾ ਤੋਂ ਬੋਲ ਰਿਹਾ ਜੀ ਸੁਧੀਰ ਸ਼ਾਹੀ ਕੈਲਗਰੀ ਤੋਂ ਭਾਈ ਸਾਹਿਬ ਪਹਿਲੀ ਵਾਰੀ ਕਾਲ ਕਰ ਰਹੇ ਕਿਉਂਕਿ ਮੈਨੂੰ ਨਾ ਪਹਿਲਾਂ ਫੈਮਿਲੀਅਰ ਨਹੀਂ ਪਹਿਲੀ ਵਾਰੀ ਹਾਂਜੀ ਮੈਂ ਪਹਿਲੀ ਵਾਰੀ ਕਾਲ ਕਰ ਰਿਹਾ ਮੈਂ ਸੁਧੀਰ ਸ਼ਾਹੀ ਬੋਲ ਰਿਹਾ ਮੈਂ ਤੁਸੀਂ ਗੱਲ ਵੈਸੇ ਕਹਿ ਦਿੱਤੀ ਜਿਹੜੀ ਮੈਂ ਕਹਿਣੀ ਚਾਹੁੰਦਾ ਸੀ ਜੀ ਕਿ ਬਿਲਕੁਲ ਜਿਹੜੀ ਸਿਚੁਏਸ਼ਨ ਹੈਗੀ ਹੈ ਕਿ ਜਿਹੜੀ ਅਫਸਰਸ਼ਾਹੀ ਹੈ ਜਿਹੜੀ ਸਾਡੀ ਬਿਊਰੋਕਰੇਸੀ ਹੈ ਜੀ ਇਹਨੂੰ ਪੋਲੀਟਿਕਸ ਤੋਂ ਬਿਲਕੁਲ ਮੁਕਤ ਕਰਨਾ ਚਾਹੀਦਾ ਹੈ ਜਦੋਂ ਤੱਕ ਦੇਖੋ ਹੁਣ ਜੋ ਸਿਚੁਏਸ਼ਨ ਚੱਲ ਰਹੀ ਹੈ ਕਿ ਜਿਹੜੇ ਸਾਡੇ ਐਮ ਐਲ ਏ ਨੇ ਜਾਂ ਜਿਹੜੇ ਹੈਲੋ ਜੀ ਜੀ ਆ ਰਹੀ ਆਵਾਜ਼ ਜੀ ਜਿਹੜੇ ਸਾਡੇ ਹੈਗੇ ਨੇ ਹਲਕਾ ਇੰਚਾਰਜ ਨੇ ਜਿਹੜੇ ਉਹ ਜਦੋਂ ਪੁਲਿਸ ਨੂੰ ਕੰਟਰੋਲ ਕਰ ਰਹੇ ਆ ਇੱਕ ਡੀ ਐਸ ਪੀ ਜਾਂ ਐਸ ਐਚ ਓ ਜਿਹੜਾ ਹੈ ਉਹ ਉਹਨਾਂ ਦੇ ਕਹਿਣ ਮੁਤਾਬਕ ਜਿਹੜਾ ਕੰਮ ਕਰ ਰਿਹਾ ਤੇ ਉਹ ਲਾ ਐਂਡ ਆਰਡਰ ਤੁਸੀਂ ਸਮਝਦੇ ਜੇ ਠੀਕ ਹੋ ਸਕਦਾ ਇਹ ਬਿਲਕੁਲ ਠੀਕ ਨਹੀਂ ਹੋ ਸਕਦਾ ਮੇਰੇ ਹਿਸਾਬ ਨਾਲ ਅੱਜ ਕੱਲ੍ਹ ਜਿਹੜੇ ਐਸ ਐਸ ਪੀ ਸਾਹਿਬ ਲੱਗੇ ਹੋਏ ਨੇ ਉਹ ਆਪਣੀ ਮਰਜ਼ੀ ਦਾ ਤੇ ਕੋਈ ਵਿਚਾਰੇ ਐਸ ਐਚ ਓ ਨਹੀਂ ਲਾ ਸਕਦੇ ਜੀ ਔਰ ਉਹ ਕਿਸ ਤਰ੍ਹਾਂ ਲਾਡ ਆਰਡਰ ਨੂੰ ਜੇ ਥੋੜ੍ਹਾ ਜਿਹਾ ਇਹਨਾਂ ਨੂੰ ਇੰਡੀਪੈਂਡੈਂਟ ਕੀਤਾ ਜਾਵੇ ਥੋੜ੍ਹਾ ਜਿਹਾ ਇਹਨਾਂ ਨੂੰ ਪੋਲੀਟੀਸ਼ੀਅਨਸ ਤੋਂ ਥੋੜ੍ਹਾ ਜਿਹਾ ਨਜਾਤ ਦਵਾਈ ਜਾਵੇ ਕਿ ਉਹਨਾਂ ਦੀ ਡਾਇਰੈਕਟ ਜਿਹੜੀ ਹੈ ਕੋਈ ਦਖਲਅੰਦਾਜ਼ੀ ਨਾ ਹੋਵੇ ਤਾਂ ਮੇਰਾ ਖਿਆਲ ਹੈ ਕਿ ਸਭ ਕੁਛ ਔਰ ਸੈਕਿੰਡਲੀ ਜਿਹੜਾ ਵੀ ਆਈ ਪੀ ਕਲਚਰ ਹੈ ਗਨਮੈਨ ਕਲਚਰ ਹੈ ਇਹਨੂੰ ਖਤਮ ਕੀਤਾ ਜਾਣਾ ਚਾਹੀਦਾ ਅਤੇ ਇਹ ਆਪੇ ਹੀ ਸਿਚੁਏਸ਼ਨ ਜਿਹੜੀ ਹੈ ਇਹ ਠੀਕ ਹੋ ਸਕਦੀ ਹੈ ਬਾਕੀ ਜੁਡੀਸ਼ਰੀ ਦੀ ਜਿਹੜਾ ਗੱਲ ਹੈ ਜੁਡੀਸ਼ਰੀ ਤਾਂ ਇੰਡੀਪੈਂਡੈਂਟ ਹੋਣੀ ਹੀ ਚਾਹੀਦੀ ਆ ਕਿ ਉਹਦੇ 'ਤੇ ਕੋਈ ਸ਼ੱਕ ਹੀ ਨਹੀਂ ਹੈਗਾ ਕਿ ਜਿਹੜੀ ਜੁਡੀਸ਼ਰੀ ਆ ਬਟ ਇਹ ਜਿਹੜੀ ਚੀਜ਼ ਹੈਗੀ ਆ ਜਿੰਨਾ ਦੇਰ ਤੱਕ ਇਹ ਪੁਲਿਸ ਤੋਂ ਇੰਡੀਪੈਂਡੈਂਟ ਨਹੀਂ ਕਰਦੇ ਉਹਨਾਂ ਤੋਂ ਉਨੀ ਦੇਰ ਤੁਸੀਂ ਲਾਅ ਐਂਡ ਆਰਡਰ ਜਿਹੜਾ ਵਾ ਪੰਜਾਬ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਠੀਕ ਨਹੀਂ ਕਰ ਸਕਦੇ ਮੇਰੀ ਇਹ ਰਾਏ ਆ ਜਾਤੀ ਰਾਏ ਮਿਹਰਬਾਨੀ ਥੈਂਕ ਯੂ ਸਰ ਥੈਂਕ ਯੂ ਮਿਹਰਬਾਨੀ ਸਰ ਜੀ ਕਿੰਨੀ ਦੇਰ ਹੋ ਗਈ ਤੁਹਾਨੂੰ ਗਿਆ ਨੂੰ ਉੱਥੇ ਮੈਨੂੰ 10 ਸਾਲ ਹੋ ਗਿਆ ਜੀ ਅਤੇ ਇੱਥੋਂ ਕਿੱਥੋਂ ਗਏ ਸੀ ਤੁਸੀਂ ਮੈਂ ਅੰਮ੍ਰਿਤਸਰ ਤੋਂ ਆ ਜੀ ਅੰਮ੍ਰਿਤਸਰ ਓਕੇ ਬਹੁਤ ਬਹੁਤ ਮਿਹਰਬਾਨੀ ਭਾਈ ਸਾਹਿਬ ਇਸੇ ਤਰ੍ਹਾਂ ਹੀ ਕਾਲ ਕਰਦੇ ਰਹੋ ਤੁਹਾਡੀ ਕਾਲ ਦੇ ਇੰਤਜ਼ਾਰ ਹੋਊਗਾ ਔਰ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਚੰਗੇ ਵਿਚਾਰ ਜਿਹੜੇ ਆ ਉਹ ਅਸੀਂ ਬਾਕੀਆਂ ਦੇ ਨਾਲ ਵੀ ਸਾਂਝੇ ਕਰ ਸਕੀਏ ਦੇਖਦੇ ਹਾਂ ਸਾਡੇ ਅਗਲੇ ਕਾਲਰ ਕੌਣ ਨੇ ਔਰ ਕੀ ਕਹਿਣਾ ਚਾਹੁੰਦੇ ਆ ਹੈਲੋ 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 ਹਾਂਜੀ ਭਾਈ ਸਾਹਿਬ ਹਾਂਜੀ ਸੁਨੂ ਸਾਹਿਬ ਸਤਿ ਸ਼੍ਰੀ ਅਕਾਲ ਮੈਂ ਰਮੇਸ਼ ਸ਼ਰਮਾ ਬੋਲ ਰਿਹਾ ਹਾਂਜੀ ਹਾਂਜੀ ਰਮੇਸ਼ ਜੀ ਥੋੜ੍ਹਾ ਜਿਹਾ ਉੱਚੀ ਬੋਲਿਓ ਆਵਾਜ਼ ਥੋੜ੍ਹੀ ਦਬੀ ਦਬੀ ਲੱਗਦੀ ਤੁਹਾਡੀ ਮੈਂ ਐਕਚੁਅਲੀ ਜਿਹੜਾ ਤੁਸੀਂ ਅੱਜ ਦਾ ਮਸਲਾ ਲਿਆਂਦਾ ਹੈ ਬੜਾ ਹੀ ਗੰਭੀਰ ਮਸਲਾ ਹਾਂਜੀ ਹਾਂਜੀ ਔਰ ਇਹਦੇ ਤੇ ਤੁਹਾਡੇ ਨਾਲ ਮੈਂ ਪਹਿਲਾਂ ਵੀ ਪਰਸਨਲੀ ਗੱਲ ਕੀਤੀ ਸੀ ਜੀ ਜੀ ਜਦੋਂ ਤੱਕ ਇਹ ਪੁਲਿਸ ਦਾ ਸੁਧਾਰ ਨਹੀਂ ਨਾ ਹੋਣਾ ਜੀ ਕਰਪਸ਼ਨ ਇਹ ਸਾਰੇ ਹਿੰਦੁਸਤਾਨ ਦਾ ਮੇਨ ਮੁੱਦਾ ਕਰਪਸ਼ਨ ਹੈ ਜੀ ਬੇਈਮਾਨੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਇਮਾਨਦਾਰ ਆਦਮੀ ਲੱਭਣਾ ਮੁਸ਼ਕਲ ਹੋ ਗਿਆ ਅਤੇ ਜਦੋਂ ਤੱਕ ਤੁਸੀਂ ਇਸ ਕਰਪਸ਼ਨ ਨੂੰ ਦੂਰ ਨਹੀਂ ਕਰਦੇ ਤਾਂ ਤੁਸੀਂ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਓ ਕੁਛ ਨਹੀਂ ਹੋਣਾ ਕਿਉਂਕਿ ਹਰ ਬੇਈਮਾਨ ਆਦਮੀ ਦੀ ਕੋਈ ਉਹਦੀ ਨਾ ਜ਼ਮੀਰ ਨਹੀਂ ਹੁੰਦੀ ਜੀ ਉਹ ਕਿਸੇ ਵੀ ਹੱਦ ਤੱਕ ਗਿਰ ਸਕਦਾ ਬੇਈਮਾਨ ਆਦਮੀ ਜੀ ਔਰ ਇਹੀ ਹਿੰਦੁਸਤਾਨ 'ਚ ਹੋ ਰਿਹਾ ਪੰਜਾਬ 'ਚ ਤਾਂ ਪੁਲਿਸ ਦਾ ਤਾਂ ਇਹ ਹਾਲ ਹੈ ਕਿ ਤੁਸੀਂ ਥਾਣੇ 'ਚ ਵੜ ਜਾਓ ਤੁਹਾਨੂੰ ਇੱਦਾਂ ਲੱਗਦਾ ਤੁਸੀਂ ਕਿਸੇ ਲੁਟੇਰਿਆਂ ਦੇ ਅੱਡੇ 'ਚ ਆ ਜਾਇਓ ਆਮ ਸ਼ਰੇਆਮ ਪੈਸੇ ਮੰਗਦੇ ਆ ਜਦ ਤੱਕ ਇਹ ਚੀਜ਼ ਹਟਣੀ ਨਹੀਂ ਹੈ ਸੰਧੂ ਸਾਹਿਬ ਉਦੋਂ ਤੱਕ ਆਈ ਐਮ ਸੋਰੀ ਇਹ ਸਾਰੀਆਂ ਕਤਲ ਰਾਹ 'ਚ ਜਾਂਦੀ ਕੋਈ ਤੀਵੀਂ ਅੱਜ ਸੇਫ ਨਹੀਂ ਹੈਗੀ ਕਿਸੇ ਦੀ ਘੜੀ ਲਾ ਲੈਂਦੇ ਕਿਸੇ ਦੀ ਚੈਨ ਲਾ ਲੈਂਦੇ ਇੱਥੇ ਤੱਕ ਕੰਨ ਫਾੜ ਦਿੰਦੇ ਆ ਸਾਡੇ ਨੇੜੇ ਇਹਦੇ ਬਾਰੇ 'ਚ ਸਾਰਿਆਂ ਨੂੰ ਪਤਾ ਇਹ ਕੋਈ ਐਸੀ ਛੁਪੀ ਉਹ ਗੱਲ ਹੈ ਨਹੀਂ ਲੇਕਿਨ ਜਦ ਤੱਕ ਸੰਧੂ ਸਾਹਿਬ ਇਹ ਸੁਧਾਰ ਨਹੀਂ ਨਾ ਹੋਣਾ ਮੈਂ ਤਾਂ ਕਹਿੰਦਾ ਕਿ ਰੱਬ ਕਰੇ ਕੋਈ ਐਸੀ ਗਵਰਨਮੈਂਟ ਆਏ ਜਿਹੜੀ ਇਹਦੇ ਵੱਲ ਨੂੰ ਧਿਆਨ ਦੇਵੇ ਤਾਂ ਜਾ ਕੇ ਗੱਲ ਠੀਕ ਹੋਣੀ ਹੈ ਬਾਕੀ ਸਾਰੀਆਂ ਗੱਲਾਂ ਆਪੇ ਹੀ ਠੀਕ ਹੋ ਜਾਣੀਆਂ ਜੇ ਇਹ ਠੀਕ ਹੋ ਜਾਏ ਤਾਂ ਕਿਉਂਕਿ ਬਾਕੀ ਸਾਰੀਆਂ ਚੀਜ਼ਾਂ ਇਹਦੀ ਵਜ੍ਹਾ ਨਾਲ ਹੀ ਹੋ ਰਹੀਆਂ ਕਰਪਸ਼ਨ ਦੀ ਵਜ੍ਹਾ ਨਾਲ
ਮੈਂ ਤਾਂ ਬਸ ਇੰਨੀ ਗੱਲ ਤੁਹਾਨੂੰ ਕਹਿਣੀ ਹੈ। ਮਿਹਰਬਾਨੀ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ। ਇਨਫੈਕਟ ਸਹੀ ਗੱਲ ਆ ਕਿ ਮੇਰੇ ਖਿਆਲ ਜਿਵੇਂ ਆਪਾਂ ਆਉਂਦੇ ਨਾ ਪੰਜਾਬੀ 'ਚ ਵੀ ਆਵਾ ਹੀ ਵਿਗੜਿਆ ਵਾ, ਸੋ ਇਹਨੂੰ ਕਿੱਥੋਂ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰੀਏ, ਪਰ ਲਿਆਉਣਾ ਸੁਧਾਰ ਲਿਆਉਣਾ ਜ਼ਰੂਰੀ ਆ, ਔਰ ਉਹਦੇ 'ਚ ਆਪਣੇ ਸਾਰਿਆਂ ਦੀ ਹੈਲਪ ਦੀ ਬਹੁਤ ਸਖਤ ਲੋੜ ਆ। ਇੱਕ ਹੋਰ ਕਾਲ ਲੈ ਕੇ ਫਿਰ ਅਸੀਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਹੈਲੋ ਹੈਲੋ, ਮੇਰੇ ਖਿਆਲ ਕਾਲ ਜਿਹੜੀ ਆ ਉਹ ਥਰੂ ਨਹੀਂ ਹੋਈ, ਕਾਲ ਕੱਟ ਗਈ। ਵੈਸੇ ਵੀ ਹੁਣ ਸਮਾਂ ਜਿਹੜਾ ਵਾ ਉਹ ਖਤਮ ਹੋ ਰਿਹਾ, ਹੁਣ ਆਪਾਂ ਕੱਲ੍ਹ ਮਿਲਾਂਗੇ ਤਾਜ਼ੀਆਂ ਖਬਰਾਂ ਅਤੇ ਤਾਜ਼ੇ ਵਿਚਾਰ ਲੈ ਕੇ। ਕੱਲ੍ਹ ਆਪਾਂ ਗੱਲ ਕਰਾਂਗੇ ਵਿਸਾਖੀ ਦੀ। ਓਟਵਾ ਦੇ ਵਿੱਚ ਕੈਨੇਡੀਅਨ ਲਿਬਰਲ ਸਰਕਾਰ ਵੱਲੋਂ ਜਿਵੇਂ ਸਾਡੀ ਪਲੇਟ ਕਹਿ ਰਹੀ ਆ, ਉੱਥੇ ਵਿਸਾਖੀ ਜਿਹੜੀ ਆ ਮਨਾਈ ਗਈ, ਵਿਸਾਖੀ ਔਨ ਦੀ ਹਿੱਲ, ਬੜੀ ਡਿਟੇਲ ਦੇ ਵਿੱਚ ਗਲੋਬਲ ਪੰਜਾਬ ਟੀਵੀ ਚੈਨਲ ਪੰਜਾਬੀ ਨੇ ਉਹਨੂੰ ਕਵਰ ਵੀ ਕੀਤਾ ਵਾ। ਇਹਦੇ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ ਕਿ ਬਾਹਰਲੇ ਮੁਲਕਾਂ 'ਚ ਵਿਸਾਖੀ ਜਿਹੜੀ ਆ ਇੰਨੇ ਧੂਮਧਾਮ ਨਾਲ ਮਨਾਈ ਜਾ ਰਹੀ ਆ, ਸਾਡੇ ਇੱਥੇ ਕੀ ਇਹੋ ਜਿਹੀ ਚੀਜ਼ ਜਿਹੜੀ ਆ ਉਹ ਪਾਰਲੀਮੈਂਟ 'ਚ ਜਾਂ ਦਿੱਲੀ ਦੇ ਵਿੱਚ ਜਿਹੜੇ ਗਵਰਨਮੈਂਟ ਸਰਕਲਸ ਆ ਉੱਥੇ ਕਿਸੇ ਨੇ ਕਿਉਂ ਨਹੀਂ ਇਹਦੇ ਬਾਰੇ ਸੋਚਿਆ। ਇਹਦੇ ਬਾਰੇ ਆਪਾਂ ਵਿਚਾਰ ਕਰਾਂਗੇ, ਹੋਰ ਵੀ ਕਿ ਬਾਹਰਲੇ ਮੁਲਕਾਂ 'ਚੋਂ ਆਪਾਂ ਕੀ ਸੀਖ ਲੈ ਸਕਦੇ ਹਾਂ। ਜੇ ਸਮਾਂ ਰਿਹਾ ਤਾਂ ਆਪਾਂ ਜਿਹੜੇ ਚੱਲ ਰਿਹਾ ਵਾ ਇਸ ਵੇਲੇ ਅੰਤਰਰਾਜੀ ਦਰਿਆਵਾਂ ਪਾਣੀਆਂ ਦਾ ਮਸਲਾ, ਉਹਦੇ 'ਤੇ ਵੀ ਵਿਚਾਰ ਕਰਾਂਗੇ ਜੇ ਸਮਾਂ ਰਿਹਾ ਤਾਂ। ਸੋ ਜ਼ਿਆਦਾ ਮੇਨਲੀ ਆਪਾਂ ਵਿਸਾਖੀ ਦੀ ਗੱਲ ਕਰਾਂਗੇ, ਜੇ ਵਿਸਾਖੀ ਤੋਂ ਇਲਾਵਾ ਜੇ ਸਮੇਂ ਹੋਇਆ ਤਾਂ ਪਾਣੀ ਦੀ ਗੱਲ ਵੀ ਜ਼ਰੂਰ ਕਰਾਂਗੇ, ਔਰ ਇਹ ਵੀ ਆਪਾਂ ਵਿਚਾਰ ਕਰਾਂਗੇ ਕਿ ਕਿਹੜੀ ਸਿਆਸੀ ਪਾਰਟੀ ਪੰਜਾਬ ਦੇ ਪਾਣੀਆਂ ਦੀ ਸਹੀ ਢੰਗ ਨਾਲ ਅਤੇ ਕਿਵੇਂ ਪੈਰਵਾਈ ਕਰ ਸਕਦੀ ਹੈ। ਸੋ ਅੱਜ ਇੰਨਾ ਹੀ, ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।